ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ ਹੈਲਥ ਪਲੱਸ, ਅਤੇ ਇਹਦੇ ਵਿੱਚ ਗੱਲ ਹਮੇਸ਼ਾ ਹੀ ਕਰਦੇ ਹਾਂ ਤੁਹਾਡੀ ਹੈਲਥ ਦੀ, ਅਤੇ ਅੱਜ ਇੱਕ ਵਾਰ ਫਿਰ ਤੋਂ, ਕਿਉਂਕਿ ਹੈਲਥ ਦੀ ਗੱਲ ਹੁੰਦੀ ਹੈ, ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੀ ਗੱਲ ਹੁੰਦੀ ਹੈ, ਅਤੇ ਨਾਲ ਦੀ ਨਾਲ ਉਹਨਾਂ ਦੇ ਸਲਿਊਸ਼ਨ ਦੀ ਗੱਲ ਵੀ ਹੁੰਦੀ ਹੈਗੀ ਹੈ, ਅਤੇ ਉਹਨਾਂ ਬਿਮਾਰੀਆਂ ਦਾ ਸਲਿਊਸ਼ਨ ਕੱਢਣ ਦੇ ਲਈ ਇੱਕ ਵਾਰ ਫਿਰ ਤੋਂ ਸਾਡੇ ਨਾਲ ਹੋਣਗੇ ਜੀ ਡਾਕਟਰ ਨਵਦੀਪ ਸ਼ਰਮਾ ਜੀ, ਜੋ ਕਿ ਸਪੈਸ਼ਲਿਸਟ ਨੇ, ਆਯੁਰਵੈਦਿਕ ਸਪੈਸ਼ਲਿਸਟ ਨੇ, ਬਹੁਤ ਸਾਲ ਹੋ ਗਏ ਨੇ ਹਰ ਬਿਮਾਰੀ ਦਾ, ਹਰ ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਬਿਮਾਰੀ ਦਾ, ਜਿਹੜਾ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਆਯੁਰਵੈਦ ਤਰੀਕੇ ਦੇ ਨਾਲ ਬਹੁਤ ਵਧੀਆ ਢੰਗ ਦੇ ਨਾਲ ਕੀਤਾ ਜਾਂਦਾ ਹੈ। ਸੈਂਟਰਸ ਹੈਗੇ ਨੇ ਜੀ, ਸਟਾਰ ਦੇ ਵਿੱਚ ਦੱਸ ਦਿੰਦੀ ਹਾਂ, USA ਦੀ ਵਿਊਅਰ ਸਾਨੂੰ ਦੇਖ ਰਹੇ ਨੇ, USA ਦੇ ਵਿੱਚ ਸੈਂਟਰਸ ਹੈਗੇ ਨੇ, ਲਗਾਤਾਰ ਨੰਬਰ ਜੋ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰਕੇ ਤੁਸੀਂ ਉਹਨਾਂ ਸੈਂਟਰਸ ਦੇ ਐਡਰੈਸ ਲੈ ਸਕਦੇ ਹੋ ਹੈਗੇ ਹੋ, ਅਤੇ ਨਾਲ ਦੀ ਨਾਲ ਜੇਕਰ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਮਿਲਣਾ ਹੈਗਾ, ਅਤੇ 15 ਅਗਸਤ ਤੋਂ ਬਾਅਦ ਅਗੇਨ ਉਹ USA ਦੇ ਵਿੱਚ ਵਿਜ਼ਿਟ ਕਰਨਗੇ। ਸੋ ਅੱਜ ਜਿਸ ਬਿਮਾਰੀ ਬਾਰੇ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਜੀ, ਉਹ ਹੈਗੀ ਥਾਇਰਾਇਡ ਦੀ ਪ੍ਰੋਬਲਮ। ਆਪਾਂ ਦੇਖਦੇ ਹੈਗੇ ਕਿ ਅੱਜ ਦੇ ਟਾਈਮ ਦੇ ਵਿੱਚ ਆਮ ਹੋ ਗਈ ਇਹ ਪ੍ਰੋਬਲਮ, ਬਹੁਤ ਸਾਰੇ ਲੋਕਾਂ ਨੂੰ ਇਹ ਇਸ਼ੂ ਹੈਗਾ। ਸੋ ਇਹਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਕੀ ਇਹਦਾ ਟ੍ਰੀਟਮੈਂਟ ਹੈਗਾ, ਕੀ ਸਾਈਨ ਹੈਗੇ ਨੇ, ਕਿੱਦਾਂ ਇਸ ਬਿਮਾਰੀ ਦਾ ਇਲਾਜ ਜਿਹੜਾ ਘਰੇਲੂ ਤਰੀਕੇ ਦੇ ਨਾਲ, ਜਿਵੇਂ ਕਿ ਹਮੇਸ਼ਾ ਡਾਕਟਰ ਨਵਦੀਪ ਸ਼ਰਮਾ ਜੀ ਦੱਸਦੇ ਨੇ, ਘਰੇਲੂ ਟਿਪਸ ਉਹ ਵੀ ਲਵਾਂਗੇ, ਅਤੇ ਨਾਲ ਦੀ ਨਾਲ ਪ੍ਰੋਪਰ ਇਨਫੋਰਮੇਸ਼ਨ ਵੀ ਲਵਾਂਗੇ। ਸੋ ਵੈਲਕਮ ਕਰ ਲੈਂਦੇ ਹਾਂ ਜੀ, ਵੈਲਕਮ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ਜਿਵੇਂ ਕਿ ਥਾਇਰਾਇਡ ਦੀ ਮੈਂ ਗੱਲ ਕੀਤੀ ਹੈਗੀ ਆ, ਸੋ ਸਭ ਤੋਂ ਪਹਿਲਾਂ ਤਾਂ ਦੱਸੋ, ਥਾਇਰਾਇਡ ਇੱਕ ਹੀ ਤਰ੍ਹਾਂ ਦਾ ਹੁੰਦਾ ਹੈ ਜਾਂ ਇਹਦੇ ਵੀ ਅੱਗੇ ਟਾਈਪਸ ਹੁੰਦੇ ਨੇ? ਬਿਲਕੁਲ ਜੀ, ਥਾਇਰਾਇਡ ਦੇ ਟਾਈਪਸ ਨੇ, ਔਰ ਜਦੋਂ ਆਪਾਂ ਥਾਇਰਾਇਡ ਦੀ ਗੱਲ ਕਰਦੇ ਹਾਂ, ਅੱਜ ਦੀ ਡੇਟ 'ਚ ਲੋਕ ਕਹਿ ਦਿੰਦੇ ਨੇ ਮੈਨੂੰ ਥਾਇਰਾਇਡ ਦੀ ਪ੍ਰੋਬਲਮ ਹੈ, ਮਤਲਬ ਮੈਨੂੰ ਥਾਇਰਾਇਡ ਦੀ ਬਿਮਾਰੀ ਹੈ, ਜਦਕਿ ਰਿਐਲਿਟੀ ਕੀ ਹੈ ਜੀ ਕਿ ਥਾਇਰਾਇਡ ਤਾਂ ਸਾਡੀ ਬੋਡੀ ਦਾ ਗਲੈਂਡ ਹੈ। ਓਕੇ, ਥਾਇਰਾਇਡ ਸਾਡੀ ਬੋਡੀ 'ਚ ਗਰਦਨ ਦੇ ਬੈਕ ਸਾਈਡ ਦੇ ਉੱਪਰ ਜਿਹੜਾ ਪਾਇਆ ਜਾਣ ਵਾਲਾ ਇੱਕ ਗਲੈਂਡ ਹੈ, ਜਿਹੜਾ ਕਿ ਇੱਕ ਹਾਰਮੋਨ ਪੈਦਾ ਕਰਦਾ ਵਾ ਜਿਹਨੂੰ ਆਪਾਂ ਥਾਇਰੋਕਸਿਨ ਕਹਿੰਦੇ ਹਾਂ। T3 ਤੇ T4 ਇਹ ਦੋ ਟਾਈਪਸ ਦੀ ਥਾਇਰੋਕਸਿਨਸ ਨੂੰ ਪੈਦਾ ਕਰਦਾ ਵਾ। ਇਹ ਜਿਹੜੀ ਥਾਇਰੋਕਸਿਨ ਹੈ, ਇਹ ਅੱਗੇ ਜਾ ਕੇ ਕਈ ਤਰ੍ਹਾਂ ਦੇ ਕੰਮ ਸਾਡੇ ਸਰੀਰ ਦੇ ਅੰਦਰ ਕਰਦੀ ਹੈ, ਜਿਸ ਤਰ੍ਹਾਂ ਐਕਟੀਵਿਟੀ ਕਿੰਨੀ ਚਾਹੀਦੀ ਹੈ ਬੋਡੀ ਨੂੰ, ਉਹ ਥਾਇਰੋਕਸਿਨ ਹੈਲਪ ਕਰਦੀ ਹੈ। ਅੱਗੇ ਸਾਰੇ ਬਹੁਤ ਸਾਰੇ ਹਾਰਮੋਨਸ ਐਸੇ ਨੇ ਜਿਨ੍ਹਾਂ ਨੂੰ ਜਿਹੜੀ ਥਾਇਰੋਕਸਿਨ ਹੈ ਉਹ ਮੈਨੇਜ ਕਰਦੀ ਹੈ। ਹੁਣ ਜਿਹੜਾ ਥਾਇਰੋਇਡ ਗਲੈਂਡ ਹੈ ਸਾਡੀ ਬੋਡੀ ਦਾ, ਜਿਹਨੇ ਥਾਇਰੋਕਸਿਨ ਪੈਦਾ ਕਰਨੀ ਹੈ, ਜਦੋਂ ਇਹ ਥਾਇਰੋਕਸਿਨ ਰਿਕੁਆਇਰਡ ਕੁਆਂਟਿਟੀ ਨਾਲ ਉਹ ਘੱਟ ਪੈਦਾ ਕਰਦਾ ਵਾ, ਅਤੇ ਆਪਾਂ ਕਹਿੰਦੇ ਹਾਂ ਕਿ ਇੱਕ ਪੇਸ਼ੈਂਟ ਨੂੰ ਹਾਈਪੋਥਾਇਰੋਇਡਿਜ਼ਮ ਹੋ ਗਿਆ ਵਾ, ਜਿਹੜਾ ਕਿ ਜ਼ਿਆਦਾ ਕਾਮਨ ਹੈ। ਜਦੋਂ ਇੱਕ ਥਾਇਰੋਕਸਿਨ ਜ਼ਰੂਰਤ ਤੋਂ ਵੱਧ ਪੈਦਾ ਕਰਦਾ ਵਾ, ਉਦੋਂ ਆਪਾਂ ਕਹਿੰਦੇ ਹਾਂ ਹਾਈਪਰਥਾਇਰੋਇਡਿਜ਼ਮ ਹੋ ਗਿਆ ਵਾ, ਜਿਹੜਾ ਕਿ ਥੋੜ੍ਹਾ ਘੱਟ ਕੁਛ ਘੱਟ ਕਾਮਨ ਹੈ। ਹੁਣ ਇਹ ਦੋ ਤਰ੍ਹਾਂ ਦੇ ਜਿਹੜੇ ਨੇ ਬੇਸਿਕਲੀ ਜਿਹੜੇ ਨੇ ਉਹ ਥਾਇਰੋਇਡਸ ਨੇ, ਮੈਂ ਵਰਡ ਥਾਇਰੋਇਡ ਹੀ ਯੂਜ਼ ਕਰਾਂਗਾ ਕਿਉਂਕਿ ਲੋਕ ਜਨਰਲੀ ਇਹ ਕਹਿ ਹੀ ਦਿੰਦੇ ਨੇ ਕਿ ਮੈਨੂੰ ਥਾਇਰੋਇਡ ਦੀ ਬਿਮਾਰੀ ਹੈ, ਅਤੇ ਮੈਂ ਹਾਈਪੋਥਾਇਰੋਇਡਿਜ਼ਮ, ਹਾਈਪੋ ਅਤੇ ਹਾਈਪਰਥਾਇਰੋਇਡਿਜ਼ਮ ਦੇ ਨਾਲ ਨਾਲ ਵਰਡ ਥਾਇਰੋਇਡ ਵੀ ਯੂਜ਼ ਕਰਦਾ ਰਹਾਂਗਾ। ਇਸ ਕਰਕੇ ਥਾਇਰੋਇਡ ਦੀ ਬਿਮਾਰੀ ਦੋ ਤਰ੍ਹਾਂ ਦੀ ਹੈ। ਪਹਿਲੀ ਹਾਈਪੋਥਾਇਰੋਇਡਿਜ਼ਮ, ਜਿਹਦੇ 'ਚ ਕਿ T3 ਅਤੇ T4 ਘੱਟ ਜਾਂਦੇ ਨੇ। ਜਦੋਂ ਇਹ ਘੱਟ ਜਾਂਦੇ ਨੇ ਤਾਂ ਬੰਦੇ ਦਾ ਜਿਹੜਾ ਭਾਰ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਵਾ, ਬੰਦੇ ਦੀ ਜਿਹੜੀ ਬੋਡੀ ਦੀ ਸਟਰੈਂਥ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਪਫੀਨੈਸ ਹੋ ਜਾਂਦੀ ਹੈ ਫੇਸ ਦੀ ਜੀ, ਫੇਸ ਸੂਜਨ ਲੱਗਦੀ ਹੈ ਬੰਦੇ ਨੂੰ, ਬੰਦੇ ਦੇ ਪੈਰਾਂ 'ਚ ਵੀ ਸੂਜਨ ਆ ਸਕਦੀ ਹੈ, ਲਿਥਾਰਜੀ ਰਹਿੰਦੀ ਹੈ, ਥੋੜ੍ਹਾ ਕੰਮ ਕਰਨ 'ਤੇ ਸਾਹ ਚੜ੍ਹਨ ਲੱਗ ਪੈਂਦਾ ਵਾ, ਔਰ ਕੁਛ ਲੋਕਾਂ ਦੇ ਵਾਲ ਵੀ ਚੜ੍ਹਨ ਲੱਗ ਪੈਂਦੇ ਨੇ। ਇਹ ਹਾਈਪੋਥਾਇਰੋਇਡਿਜ਼ਮ ਦੇ ਕਾਮਨ ਲੱਛਣ ਨੇ, ਜਿਹੜਾ ਕਿ ਜ਼ਿਆਦਾ ਕਾਮਨ ਹੈ। ਅਤੇ ਜਿਹੜਾ ਹਾਈਪਰਥਾਇਰੋਇਡਿਜ਼ਮ ਹੈ ਉਹਦੇ 'ਚ ਥਾਇਰੋਇਡ ਦੇ ਜਿਹੜੇ ਹਾਰਮੋਨ ਨੇ ਉਹ ਵੱਧ ਜਾਂਦੇ ਨੇ, ਜਦੋਂ ਉਹ ਹਾਰਮੋਨ ਵੱਧ ਜਾਂਦੇ ਨੇ ਤਾਂ ਇਸ ਤੋਂ ਉਲਟਾ ਹੁੰਦਾ, ਬੰਦੇ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਵਾ, ਉਹਦੇ ਹੱਥ ਜਿਹੜੇ ਨੇ ਉਹ ਟ੍ਰੈਂਬਲ ਕਰਦੇ ਨੇ, ਹਲਕੀ ਹਲਕੀ ਕੰਬਣ ਹੋ ਸਕਦੀ ਹੈ ਹੱਥ ਦੇ ਅੰਦਰ, ਖੀ ਜ਼ਿਆਦਾ ਚੜ੍ਹਦੀ ਹੈ, ਔਰ ਸਾਰਾ ਕੁਝ ਖਾਣ ਦੇ ਬਾਵਜੂਦ ਵੀ ਬੰਦੇ ਦਾ ਭਾਰ ਲਗਾਤਾਰ ਘੱਟ ਰਿਹਾ ਹੁੰਦਾ, ਸੁੱਕਦਾ ਚਲਾ ਜਾਂਦਾ ਬੰਦਾ, ਉਹ ਹਾਈਪਰਥਾਇਰੋਇਡਿਜ਼ਮ। ਇਸ ਕਰਕੇ ਦੋ ਤਰ੍ਹਾਂ ਦੇ ਜਿਹੜੇ ਥਾਇਰੋਇਡ ਦੀਆਂ ਪ੍ਰੋਬਲਮਸ ਨੇ ਉਹ ਕਾਮਨ ਨੇ। ਬਿਲਕੁਲ ਜੀ। ਸੋ ਕਾਲਰ ਲੈ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਗੱਲ ਕਰਾਂਗੇ ਕਿ ਕੀ ਟ੍ਰੀਟਮੈਂਟ ਰਹੇਗਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਡਾਕਟਰ ਨਵਦੀਪ ਹੁਣ ਗੱਲ ਕਰਨੀ। ਹਾਂਜੀ, ਕੋਡੀ ਜਿਹੜੀ ਹੈ ਠੀਕ ਨਹੀਂ ਰਹਿੰਦੀ, ਧਰਨ ਪੈ ਜਾਂਦੀ ਹੈ ਉਹਨੂੰ ਕਹਿੰਦੇ ਧਰਨ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਆ ਜੀ। ਸਤਿ ਸ਼੍ਰੀ ਅਕਾਲ ਜੀ ਜੀ, ਮੇਰੇ ਧਰਨ ਪੈ ਜਾਂਦੀ ਹੈ ਜੀ, ਉਹ ਜਿਹੜੀ ਆਪਣੇ ਐਲੋਪੈਥੀ ਚ ਨਹੀਂ ਮੰਨਿਆ ਜਾਂਦਾ ਕਿ ਧਰਨ ਨਾਮ ਦੀ ਕੋਈ ਚੀਜ਼ ਵੀ ਹੁੰਦੀ ਹੈ, ਲੇਕਿਨ ਆਯੁਰਵੇਦ ਧਰਨ ਨੂੰ ਪੂਰੀ ਤਰੀਕੇ ਨਾਲ ਮੰਨਦਾ ਵਾ, ਔਰ ਇਹਨੂੰ ਆਪਾਂ ਡਿਸਪਲੇਸਮੈਂਟ ਆਫ ਮਿਜ਼ੈਂਟਰੀ ਕਹਿੰਦੇ ਹਾਂ। ਇਹਦੇ 'ਚ ਹੁੰਦਾ ਕੀ ਹੈ ਕਿ ਸਾਡੀ ਜਿਹੜੀ ਇੰਟੈਸਟਾਈਨ ਨੇ ਬੋਡੀ ਦੇ ਅੰਦਰ ਉਹ ਐਗਜੈਕਟ ਜਿਸ ਤਰ੍ਹਾਂ ਦੀ ਪਲੇਸਿਸ 'ਚ ਪਈਆਂ ਨੇ, ਉੱਥੋਂ ਮਾੜਾ ਜਿਹਾ ਨੂੰ ਕਹਿੰਦੇ ਨਾਭੀ ਟਲਣਾ, ਹਿੰਦੀ 'ਚ ਨਾਭੀ ਟਲਣਾ, ਪੰਜਾਬੀ 'ਚ ਧਰਨ, ਅਤੇ ਅਗਰ ਆਪਾਂ ਅੰਗਰੇਜ਼ੀ 'ਚ ਚੱਲੀਏ ਤਾਂ ਡਿਸਪਲੇਸਮੈਂਟ ਆਫ ਮਿਜ਼ੈਂਟਰੀ। ਇਹਦਾ ਸਭ ਤੋਂ ਆਸਾਨ ਤਰੀਕਾ ਠੀਕ ਕਰਨ ਦਾ ਜਿਹੜਾ ਘਰੇਲੂ ਹੈ ਜੀ, ਤੁਸੀਂ ਤਕਰੀਬਨ 100 ml ਤਿਲ ਦਾ ਤੇਲ ਲੈਣਾ ਜੀ, 100 ml ਤਿਲ ਦਾ ਤੇਲ,
50 ਗ੍ਰਾਮ ਤੁਸੀਂ ਲੈਣੀ ਹੈ ਜੀ ਹਿੰਗ ਅਤੇ 300 ਗ੍ਰਾਮ ਤੁਸੀਂ ਲੈਣਾ ਜੀ ਦੁੱਧ। ਹੁਣ ਤੁਸੀਂ ਤਿਲ ਦੇ ਤੇਲ 'ਚ ਥੋੜ੍ਹੀ ਜਿਹੀ ਹਲਦੀ ਪਾ ਲਵੋ, ਸਾਰੀ ਹਿੰਗ ਉਹਦੇ 'ਚ ਪਾ ਲਓ ਅਤੇ ਨਾਲ ਪਾ ਲਵੋ ਜੀ ਦੁੱਧ ਔਰ ਉਹਨੂੰ ਸਿਮ ਉੱਪਰ ਰੱਖ ਦਿਓ ਬਿਲਕੁਲ ਹੌਲੀ ਹੌਲੀ ਗੈਸ ਦੇ ਉੱਪਰ। ਹੌਲੀ ਹੌਲੀ ਕਰਦੇ ਹੋਏ ਕੀ ਹੋਏਗਾ ਕਿ ਸਾਰੇ ਦਾ ਸਾਰਾ ਦੁੱਧ ਸੁੱਕ ਜਾਏਗਾ, ਹਿੰਗ ਭੁੰਨੀ ਜਾਏਗੀ। ਹੁਣ ਤੁਸੀਂ ਉਸ ਤੇਲ ਨੂੰ ਛਾਣ ਲਵੋ। ਡੇਲੀ ਜਦੋਂ ਤੁਸੀਂ ਰਾਤੀ ਸੋਣਾ ਵੈ ਤੁਸੀਂ ਤਕਰੀਬਨ ਚਮਚੇ ਦਾ ਚੌਥਾ ਹਿੱਸਾ ਇਸ ਤੇਲ ਦਾ ਪੀਣਾ ਵੈ, ਪਲੱਸ ਰੂੰ ਲੈਣਾ ਵੈ, ਰੂੰ ਦੇ ਅੰਦਰ ਤੁਸੀਂ ਇਸ ਤੇਲ 'ਚ ਡਿਪ ਕਰਨਾ ਕੋਸਾ ਕਰਕੇ ਤੇਲ ਨੂੰ ਅਤੇ ਆਪਣੀ ਨਾਭੀ 'ਤੇ ਚਰਖਣਾ, ਨੇਵੀਕਲਸ ਦੇ ਅੰਦਰ ਤੁਸੀਂ ਰਾਤੀ ਰੱਖ ਲੈਣਾ ਵੈ, ਸੁੱਤੇ ਸੁੱਤੇ ਬੇਸ਼ੱਕ ਗਿਰ ਜਾਵੇ ਪਰ ਤੁਸੀਂ ਡੇਲੀ ਰੱਖਣਾ। ਜਦੋਂ ਤੁਸੀਂ ਇਹ ਰੂਟੀਨ 'ਚ ਕਰੋਗੇ ਤੁਸੀਂ ਦੇਖੋਗੇ ਤੁਹਾਡਾ ਜਿਹੜਾ ਨਾਭੀ ਟੱਲਣਾ ਵੈ ਇਹ ਘੱਟ ਗਿਆ, ਤਰਨ ਪੈਣੀ ਤੁਹਾਨੂੰ ਘੱਟ ਗਈ ਹੈ। ਬਾਕੀ ਜੇ ਪ੍ਰੋਬਲਮ ਯਾਦ ਆ ਰਹੇ ਤੁਹਾਨੂੰ ਲੱਗਦਾ ਬਹੁਤ ਹੀ ਤੰਗ ਹੋ, ਫਿਰ ਤੁਸੀਂ ਮੇਰੀ ਹੈਲਪਲਾਈਨ 'ਤੇ ਵੀ ਕਾਲ ਕਰ ਸਕਦੇ ਹੋ, ਕੁਛ ਦਵਾਈਆਂ ਵੀ ਗਾਈਡ ਕਰ ਦੇਵਾਂਗੇ, ਬਟ ਮੈਨੂੰ ਲੱਗਦਾ ਵੈ ਕਿ ਇਹ ਕਾਮਨ ਜੀ ਚੀਜ਼ ਤੁਸੀਂ ਅਗਰ ਕਰੋਗੇ ਤੁਸੀਂ ਇਹਦੇ ਨਾਲ ਹੀ ਠੀਕ ਹੋ ਜਾਣਾ ਵਾ। ਬਿਲਕੁਲ ਜੀ। ਬਾਕੀ ਹੋਰ ਕੋਈ ਵੀ ਇਸ਼ੂ ਹੈਗਾ ਨੰਬਰ ਲਗਾਤਾਰ ਟੀਵੀ ਸਕਰੀਨ 'ਤੇ ਫਲੈਸ਼ ਹੋ ਹੀ ਰਹੇ ਨੇ, ਸੈਂਟਰਸ ਦੇ ਵਿੱਚ ਵਿਜ਼ਿਟ ਕਰਨਾ ਉੱਥੇ ਕਰ ਲਓ, ਅਦਰਵਾਈਜ਼ ਇਹਨਾਂ ਨੰਬਰ 'ਤੇ ਕਾਲ ਕਰਕੇ ਵੀ ਪ੍ਰੋਬਲਮ ਡਿਸਕਸ ਕਰ ਸਕਦੇ ਹੋ ਜੀ। ਅਤੇ ਮੈਡੀਸਿਨ ਜਿਹੜੀਆਂ ਨੇ ਘਰ ਬੈਠੇ ਵੀ ਤੁਹਾਨੂੰ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਅਗਲੇ ਕਾਲਰ ਲੈ ਲੈਂਦੇ ਹਾਂ। ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਦੱਸੋ ਕੀ ਇਸ਼ੂ ਹੈ ਜੀ ਡਾਕਟਰ ਨਾਲ ਨੇ ਜੀ? ਮੈਂ ਡਾਕਟਰ ਸਾਹਿਬ ਨਾਲ ਪਹਿਲੇ ਵੀ ਗੱਲ ਕੀਤੀ, ਮੇਰੀ ਅਥਰਾਈਟਿਸ ਦੇ ਬਾਰੇ ਮੈਂ ਪਹਿਲੇ ਗੱਲ ਕੀਤੀ ਸੀ। ਸ਼ੋਲਡਰ 'ਤੇ ਨਾ ਮੇਰੇ ਸੱਟ ਲੱਗੀ ਬਹੁਤ ਦੇਰ ਪਹਿਲੇ ਦੀ ਗੱਲ ਹੈ, ਤਕਰੀਬਨ 30 ਸਾਲ ਲਗਾ ਲਓ ਤੁਸੀਂ। ਉਸ ਤੋਂ ਬਾਅਦ ਇੱਥੇ ਡਾਕਟਰ ਕਹਿੰਦੇ ਨੇ ਤਾਂ ਇਲਾਜ ਨਹੀਂ ਹੈ, ਅਥਰਾਈਟਿਸ ਇਹ ਹੈ ਉਹ ਹੈ, ਲੇਕਿਨ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਸੀ ਕਿ ਸੁੰਡ ਦਾ ਇਸਤੇਮਾਲ ਕਰਾਂ, ਲੇਕਿਨ ਜਿਹੜੀ ਸਾਈਡ 'ਤੇ ਮੇਰੇ ਦਰਦ ਰਹਿੰਦੀ ਨਾ ਉਹ ਸਾਈਡ 'ਤੇ ਅਗਰ ਮੈਂ ਕੋਈ ਗਰਮ ਚੀਜ਼ ਖਾ ਲੈਂਦੀ ਨਾ ਉਧਰੋਂ ਹੀ ਮੈਨੂੰ ਨੱਕ ਵਿੱਚੋਂ ਨਾ ਬਲੀਡਿੰਗ ਸਟਾਰਟ ਹੋ ਜਾਂਦੀ ਹੈ। ਕੋਈ ਵੀ ਮਤਲਬ ਗਰਮ ਖਜੂਰਾਂ ਹੋ ਗਈਆਂ, ਵਾਟਰਮੈਲਨ, ਕੈਂਟਲੂਸ ਐਂਡ ਹੋਰ ਵੀ ਬੜੀਆਂ ਚੀਜ਼ਾਂ ਨੇ, ਸੂਪ ਹੋ ਗਿਆ, ਇਸ ਵਾਸਤੇ ਮੈਨੂੰ ਪਤਾ ਨਹੀਂ, ਫਿਰ ਮੈਂ ਡਾਕਟਰ ਸਾਹਿਬ ਨਾਲ ਦੁਬਾਰਾ ਇਸ ਵਾਸਤੇ ਕਾਲ ਕੀਤੀ। ਕੋਈ ਗੱਲ ਨਹੀਂ ਜੀ, ਦੇਖੋ ਅਗਰ ਤੁਹਾਨੂੰ ਗਰਮ ਚੀਜ਼ ਸੂਟ ਨਹੀਂ ਕਰਦੀ ਹੈ ਤੁਸੀਂ ਸੁੰਡ ਨਾ ਲਵੋ। ਮੈਨੂੰ ਮਾੜਾ ਜਿਹਾ ਦੱਸੋ ਕਿ ਅਜਵਾਇਨ ਸੂਟ ਕਰ ਜਾਂਦੀ ਕਿ ਅਜਵਾਇਨ ਦੀ ਵੀ ਗਰਮੀ ਨਹੀਂ ਮਾਫਕ ਆਉਂਦੀ ਤੁਹਾਨੂੰ? ਅਗਰ ਤੁਸੀਂ ਅਜਵਾਇਨ ਲੈ ਸਕਦੇ ਹੋ, ਤੁਸੀਂ ਖਾਣ 'ਚ ਵੀ ਅਜਵਾਇਨ ਦਾ ਇਸਤੇਮਾਲ ਕਰਨਾ ਹੈ ਅਤੇ ਸਿਕਾਈ ਵਾਸਤੇ ਵੀ ਅਜਵਾਇਨ ਦਾ ਇਸਤੇਮਾਲ ਕਰਨਾ ਵਾ। ਤੁਸੀਂ ਤਕਰੀਬਨ ਚਮਚੇ ਦਾ ਅੱਧਾ ਹਿੱਸਾ ਸਵੇਰੇ ਗਰਮ ਪਾਣੀ ਨਾਲ ਅਤੇ ਅੱਧਾ ਹਿੱਸਾ ਸ਼ਾਮੀ ਗਰਮ ਪਾਣੀ ਨਾਲ ਅਜਵਾਇਨ ਦਾ ਲੈਣਾ ਵਾ। ਇਸ ਤੋਂ ਇਲਾਵਾ ਤੁਸੀਂ ਇੱਕ ਕੱਪੜੇ ਦੇ ਅੰਦਰ ਤਕਰੀਬਨ ਇੱਕ ਪਾ ਅਜਵਾਇਨ ਬੰਨ ਲੈਣੀ ਹੈ। ਹੁਣ ਤੁਸੀਂ ਨੋਰਮਲ ਤਿਲ ਦਾ ਤੇਲ ਸਭ ਤੋਂ ਪਹਿਲੇ ਆਪਣੇ ਸ਼ੋਲਡਰ 'ਤੇ ਲਗਾਓ ਔਰ ਆਪਣੇ ਨਾਲ ਕਿਸੇ ਦੂਸਰੇ ਨੂੰ ਤੁਸੀਂ ਕਹਿ ਸਕਦੇ ਹੋ ਕਿ ਕੱਪੜੇ 'ਚ ਅਜਵਾਇਨ ਬੰਨ ਕੇ ਉਸ ਪੋਟਲੀ ਨੂੰ ਕੋਸਾ ਕਰ ਕਰਕੇ ਉਹਦੀ ਸਿਕਾਈ ਤੁਹਾਡੇ ਸ਼ੋਲਡਰ ਦੇ ਉੱਪਰ ਕਰੇ। ਠੀਕ ਹੈ, ਇਹ ਇੱਕ ਕਾਮਨ ਚੀਜ਼ ਹੈ ਤੁਸੀਂ ਜਿਹੜੀ ਸ਼ੁਰੂ ਕਰੋ। ਤੁਹਾਨੂੰ ਮਿਲਾਂਗੇ ਵੀ ਇਨਸ਼ਾਅੱਲਾ। ਕੋਈ ਪ੍ਰੋਬਲਮ ਨਹੀਂ ਜੀ, ਦੂਰ ਕਾਫੀ ਦੂਰ ਸੀ ਇੱਥੋਂ ਸਾਡੇ ਘਰ ਤੋਂ, ਇਸ ਵਾਰ ਮੈਂ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ। ਦੂਸਰਾ ਤੁਸੀਂ ਦੱਸਿਆ ਸੀ ਕਿ ਅਗਰ ਫੇਸ ਤੇ ਕਾਲੇ ਉਹ ਦਾਗ ਨੇ ਭਰੇ ਫੇਸ ਤੇ ਤੇ ਉਹ ਤੁਸੀਂ ਆਲੂ ਦੀ ਪੀਸ ਕੱਟ ਕੇ ਲਗਾਓ। ਹਾਂਜੀ, ਪੀਸ ਕੱਟ ਕੇ ਲਗਾਣਾ ਜਾਂ ਜੂਸ ਵੀ ਲਗਾ ਸਕਦੇ? ਤੁਸੀਂ ਜੂਸ ਵੀ ਲਗਾ ਸਕਦੇ ਹੋ ਤੇ ਹੋਰ ਜ਼ਿਆਦਾ ਫਾਇਦਾ ਚਾਹੁੰਦੇ ਹੋ ਤਾਂ ਤੁਸੀਂ ਮਸਰਾਂ ਦੀ ਦਾਲ ਨੂੰ ਪੀਸ ਸਕਦੇ ਹੋ ਨਾਲ। ਮਸਰ ਦੀ ਦਾਲ ਨੂੰ ਪੀਸ ਲਵੋ, ਮਸਰ ਦੀ ਦਾਲ 'ਚ ਆਲੂ ਦਾ ਜੂਸ ਪਾ ਲਵੋ ਔਰ ਉਹਦਾ ਪੈਕ ਤੁਸੀਂ ਲਗਾਓ ਫੇਸ ਦੇ ਉੱਪਰ। ਨਵਦੀਪ ਸ਼ਰਮਾ ਜੀ ਨੂੰ 15 ਅਗਸਤ ਤੋਂ ਬਾਅਦ ਦੁਬਾਰਾ ਤੋਂ USA ਦੇ ਵਿੱਚ ਵਿਜ਼ਿਟ ਕਰਨਗੇ, ਉੱਥੇ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ। ਸੋ ਥਾਇਰਾਇਡ ਦੀ ਗੱਲ ਹੋ ਰਹੀ ਹੈ, ਤੁਸੀਂ ਇਹ ਦੱਸ ਦਿੱਤਾ ਕਿ ਦੋ ਟਾਈਪ ਦੇ ਥਾਇਰਾਇਡ ਹੁੰਦੇ ਨੇ, ਸੋ ਇਹਨਾਂ ਦੇ ਵਿੱਚੋਂ ਆਪਾਂ ਇਹ ਕਿਹੜਾ ਕਹਿ ਸਕਦੇ ਕਿ ਖਤਰਨਾਕ ਵਾਲਾ ਥਾਇਰਾਇਡ ਕਿਹੜਾ ਹੈ? ਦੇਖੋ, ਸਟਾਰਟਿੰਗ 'ਚ ਕੋਈ ਵੀ ਖਤਰਨਾਕ ਨਹੀਂ ਹੈ ਦੋਨਾਂ 'ਚੋਂ, ਅਗਰ ਮੈਨੇਜ ਹੋ ਜਾਣ ਤੇ। ਦੋਨੋਂ ਹੀ ਤਰ੍ਹਾਂ ਦੇ ਥਾਇਰਾਇਡ ਐਸੇ ਨੇ ਜਿਹੜੇ ਅੱਜ ਦੀ ਡੇਟ 'ਚ ਐਲੋਪੈਥੀ ਨਾਲ ਮੈਨੇਜੇਬਲ ਨੇ। ਮਤਲਬ ਅਗਰ ਐਲੋਪੈਥਿਕ ਦਵਾਈ ਖਾਧੀ ਜਾਏਗੀ ਜਿਹੜੀ ਅੰਗਰੇਜ਼ੀ ਦਵਾਈ ਹੈ ਉਹਦੇ ਨਾਲ ਥੋੜ੍ਹਾ ਥਾਇਰਾਇਡ ਕੁਛ ਹੱਦ ਤੱਕ ਕੰਟਰੋਲ 'ਚ ਰਹੇਗਾ, ਰਿਸਕ ਖਤਮ ਹੋ ਜਾਏਗਾ। ਆਯੁਰਵੇਦ ਨਾਲ ਕਾਫੀ ਹੱਦ ਤੱਕ ਕਿਊਰੇਬਲ ਨੇ, ਦੋਨੋਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ। ਔਰ ਅਕਸਰ ਮੈਂ ਪਹਿਲੇ ਹਾਈਪੋਥਾਇਰੋਇਡਿਜ਼ਮ ਦੀ ਗੱਲ ਕਰਾਂਗਾ ਜਿਹੜਾ ਕਿ ਜ਼ਿਆਦਾ ਕਾਮਨ ਹੈ। ਦੇਖੋ, ਜਦੋਂ ਹਾਈਪੋਥਾਇਰੋਇਡਿਜ਼ਮ ਦੀ ਆਪਾਂ ਗੱਲ ਕਰਦੇ ਹਾਂ, ਹੁਣ ਸਾਡੀ ਗਰਦਨ ਦਾ ਇੱਕ ਗਲੈਂਡ ਜਿਹੜਾ ਕਿ ਥਾਇਰੋਇਡ ਹਾਰਮੋਨ ਸੈਕ੍ਰੀਟ ਨਹੀਂ ਕਰ ਰਿਹਾ, ਐਸਾ ਹੋਇਆ ਹੀ ਕਿਉਂਕਿ ਉਹਨੇ ਸੈਕ੍ਰੀਟ ਕਰਨਾ ਬੰਦ ਕੀਤਾ, ਕਿਉਂਕਿ ਕਿਤੇ ਨਾ ਕਿਤੇ ਆਇਓਡੀਨ ਦੀ ਡੈਫੀਸ਼ੀਐਂਸੀ ਸਾਡੀ ਡਾਈਟ 'ਚ ਅੱਜ ਹੋ ਚੁੱਕੀ ਹੈ। ਆਇਓਡੀਨ ਇੱਕ ਟਾਈਮ ਸੀ ਜੀ ਆਪਾਂ ਖੂਹਾਂ 'ਚ ਜਾ ਕੇ ਪਾਣੀ ਪੀਂਦੇ ਸੀ, ਨੈਚੁਰਲ ਸਪਰਿੰਗ ਵਾਟਰਸ ਪੀਂਦੇ ਸੀ, ਜਦੋਂ ਪੱਥਰਾਂ ਦੇ ਨਾਲ ਟੱਚ ਕਰਦਾ ਉਹ ਪਾਣੀ ਆਉਂਦਾ ਸੀ, ਉਹਦੇ 'ਚ ਨੈਚੁਰਲ ਆਇਓਡੀਨ ਹੋਇਆ ਕਰਦੀ ਸੀ। ਅੱਜ ਆਪਾਂ ਫਿਲਟਰਡ ਅਤੇ ਪਿਓਰੀਫਾਈਡ ਪਾਣੀ ਲੈਂਦੇ ਹਾਂ। ਜਦੋਂ ਆਪਾਂ ਪਾਣੀ ਦੀ ਫਿਲਟਰੇਸ਼ਨ ਕਰਦੇ ਹਾਂ, ਪਿਓਰੀਫਾਈਡ ਪਾਣੀ ਲੈਂਦੇ ਹਾਂ, ਸਭ ਤੋਂ ਪਹਿਲੇ ਉਹ 'ਚੋਂ ਆਇਓਡੀਨ ਨਿਕਲ ਜਾਂਦੀ ਹੈ। ਇਹਦਾ ਮਤਲਬ ਜਿਹੜੀ ਪਾਣੀ ਦੇ ਰਾਹੀਂ ਸਾਨੂੰ ਆਇਓਡੀਨ ਆ ਰਹੀ ਸੀ ਉਹ ਨਹੀਂ ਆ ਰਹੀ ਹੁਣ। ਦੂਸਰੀ ਆਇਓਡੀਨ ਦਾ ਸੋਰਸ ਹੈ ਸੋਲਟ,
नमक च जिन्नियां भी सरकारां ने कुछ आयोडीन ऐड करदियां ने ताकि आयोडीन सानूं मिल सके, लेकिन आपां करदे की आ जदों सब्जी बनदी है सब तो पहले आपां नमक पाने जी तड़के दे टाइम ते, जदों आपां नमक पा दिंदे आ जिस तरह ही वह नमक हीट किया जाता आयोडीन उड़ जाती है वो, मतलब जो दोनों मेजर सोर्सिस जितों आयोडीन मिल सकती सी आज की डेट से नहीं मिल रही है, जिसके करके हाइपोथायरॉयडिज्म के केसेस जोड़े ने वादे चले जा रहे हैं। हुण इहदे एलोपैथिकली इलाज की किया जाता है, थायरॉयड हॉर्मोन दे दिता जाता है बाहरों खान वास्ते, जिहड़ा कि थायरोनॉम थायरोक्सिन कई नामों तो भाव मार्केट अवेलेबल है, कोई 25 मिलीग्राम कोई 50 मिलीग्राम कोई 100 मिलीग्राम की टेबलेट्स खा रहा है। अप्रोच गलत नहीं है, क्योंकि जिस तरह ही थायरॉयड हॉर्मोन बाहरों दिता जाता है जिहड़े सिम्पटम्स पेशेंट फेस कर रहा हुंदा है, भार दा वधना, साह दा चढ़ना, वालां दा चढ़ना, वो सारे सिम्पटम्स कुछ हद तक घटने शुरू हो जाते हैं। लेकिन इत्थे सोचण वाली गल है वै कि आपां बाहरों थायरॉयड हॉर्मोन तो ले लिया बट अपने ग्लैंड वास्ते की किया, जिहड़ा थायरॉयड ग्लैंड काम नहीं कर रहा सी आपां ते उहनूं इक होर आदत पा दित्ती कि भी तैनूं अगे भी काम करन दी लोड़ नहीं है, अगे तां तूं 25% काम कर रहा सी 75% काम नहीं सी कर रहा, हुण बॉडी नूं रिक्वायरमेंट ही नहीं है क्योंकि आपां थायरॉयड हॉर्मोन सारे दा सारा बाहरों लै रहे हैं। इस करके हौली हौली करके थायरॉयड ग्लैंड बिल्कुल ही काम करना बंद कर देता, जिदा रिजल्ट निकलता वै कि जिस लैवल की थायरोक्सिन दे नाल एक बंदा स्टार्ट करता वै उहदी डोजेज उहदे एमजीज जिहड़े ने टाइम दे नाल वधदे ने, जबकि होना की चाहिए वै सानूं उस थायरॉयड ग्लैंड नूं ठीक करना चाहिए। ऐसे गप करके आपां आयुर्वेद दा जदों इलाज करदे हां आपां उस थायरॉयड ग्लैंड नूं ठीक करन दी दवाई दिंदे हां, इमीडिएटली आपां एलोपैथिक दवाई बंद नहीं करदे, जिस तरह साडी दवाई दे नाल जिहड़ा पेशेंट है उहदा थायरॉयड ग्लैंड बैटर हुंदा चला जांदा वा, उहदी एलोपैथिक दवाई दी डोज आपां घटाई जांदे हां और पेशेंट पहले दे नालों जिहड़ा वा उह बैटर हुंदा चला जांदा है, फिर अल्टीमेटली एक दिन आपां सारी एलोपैथिक दवाई बंद करदे हां, फिर ग्रेजुअली आपां जिहड़ी अपनी वाली मेडिसिन उहनूं वी रिड्यूस करना शुरू कर दें। जी बिल्कुल जी। सो सर गल अगे भी कंटिन्यू करांगे पर कॉलर ले लेने आ। हेलो 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 हां जी सत श्री अकाल जी। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਜੀ ਕੌਣ ਗੱਲ ਕਰ ਰਹੇ ਹੋ ਤੇ ਕੀ ਪੁੱਛਣਾ ਚਾਹੋਗੇ? ਟੀਵੀ ਦਾ ਵੋਲਿਊਮ ਘੱਟ ਕਰ ਲਓ ਜੀ ਤੇ ਫੋਨ ਤੇ ਆਵਾਜ਼ ਸੁਣਨ ਦੀ ਕੋਸ਼ਿਸ਼ ਕਰੋ। ਹਾਂ ਜੀ ਟੀਵੀ ਦਾ ਵੋਲਿਊਮ ਘੱਟ ਕਰ ਲਓ, ਫੋਨ ਤੇ ਆਵਾਜ਼ ਸੁਣੋ ਜੀ, ਟੀਵੀ ਤੇ ਲੇਟ ਆਏਗੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਜੀ, ਕੀ ਪੁੱਛਣਾ ਚਾਹੋਗੇ? ਹਾਂ ਜੀ ਮੈਂ ਮੇਰਾ ਨਾਮ ਕੈਪਟਨ ਆਤਮਾ ਸਿੰਘ ਹੈ ਜੀ। ਹਾਂ ਜੀ ਹਾਂ ਜੀ ਜੀ ਹਾਂ ਜੀ ਕੀ ਪੁੱਛਣਾ ਚਾਹੁੰਦੇ ਹੋ ਜੀ? ਸਰ ਪਲੀਜ਼ ਟੀਵੀ ਦੀ ਵੋਲਿਊਮ ਘੱਟ ਕਰ ਲਓ, ਫੋਨ ਤੇ ਆਵਾਜ਼ ਸੁਣੋ ਜੀ। ਹੈਲੋ ਸੋ ਮੈਨੂੰ ਲੱਗਦਾ ਕਿ ਟੀਵੀ ਤੇ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਦੇ ਨੇ। ਸੋ ਬਾਕੀ ਕਾਲਰਸ ਨੂੰ ਵੀ ਇਹ ਆਪਾਂ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਟੀਵੀ ਦੀ ਵੋਲਿਊਮ ਘੱਟ ਕਰ ਲਿਆ ਕਰੋ, ਕਿਉਂਕਿ ਟੀਵੀ ਤੇ ਆਵਾਜ਼ ਇੱਕ ਅੱਧਾ ਮਿੰਟ ਲੇਟ ਆਉਂਦੀ, ਸੋ ਤੁਹਾਨੂੰ ਵੀ ਸਾਡੀ ਆਵਾਜ਼ ਕਲੀਅਰਲੀ ਨਹੀਂ ਸੁਣ ਪਾਏਗੀ, ਤੇ ਇਸੇ ਕਰਕੇ ਫੋਨ ਜਦੋਂ ਕਰਦੇ ਆ ਤੇ ਫੋਨ ਤੇ ਹੀ ਆਵਾਜ਼ ਸੁਣਿਆ ਕਰੋ। ਅਗਲੇ ਕਾਲਰ। ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ? ਸਤਿ ਸ਼੍ਰੀ ਅਕਾਲ ਜੀ। ਯੈਸ ਪੰਜਾਬੀ ਤੋਂ ਬੋਲਦੇ ਹੋ? ਹਾਂਜੀ ਬਿਲਕੁਲ ਜੀ। ਤੁਸੀਂ ਕੌਣ ਗੱਲ ਕਰ ਰਹੇ ਹੋ ਤੇ ਕੀ ਪੁੱਛਣਾ ਚਾਹੋਗੇ? ਮੈਂ ਡਾਕਟਰ ਸਾਹਿਬ ਦੇ ਨਾਲ ਗੱਲ ਕਰਨੀ, ਮੈਂ ਮਿਸ਼ੀਗਨ ਤੋਂ ਬੋਲਦੀ ਹਾਂ। ਹਾਂਜੀ ਜੀ ਦੱਸੋ ਜੀ ਕੀ ਪੁੱਛਣਾ ਜੀ? ਹਾਂਜੀ ਡਾਕਟਰ ਸਾਹਿਬ, ਮੈਨੂੰ ਨਾ ਟਾਇਲਟ ਦੀ ਹੈਗੀ ਹੈ, ਮਤਲਬ ਪ੍ਰੋਬਲਮ ਹੈ ਮੈਨੂੰ, ਇੱਕ ਵਾਰੀ ਨਹੀਂ ਬਾਰ ਬਾਰ ਆਈ ਜਾਂਦੀ ਹੈ। ਮੈਂ ਡਾਇਬੈਟਿਕ ਵੀ ਹਾਂ ਤਕਰੀਬਨ, ਮੈਨੂੰ 6-7 ਮਹੀਨੇ ਤੋਂ ਤਾਂ ਇਹ ਜ਼ਿਆਦਾ ਹੈਗੀ ਆ ਪ੍ਰੋਬਲਮ। ਦਿਨ 'ਚ ਕਿੰਨੀ ਗੋਲੀ ਆਉਂਦੀ ਆ? ਦਿਨ 'ਚ ਕਿੰਨੀ ਗੋਲੀ? ਬਾਹਰ ਨਹੀਂ ਆਉਂਦੀ ਹੈਗੀ ਲੈਟਰੀਨ ਤੇ। ਦੇਖੋ ਤੁਸੀਂ ਜਿਹੜੀ ਡਾਈਟ ਲੈ ਰਹੇ ਹੋ ਨਾ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਤੁਸੀਂ ਡਾਇਬਟਿਕ ਵੀ ਹੋ, ਕੋਸ਼ਿਸ਼ ਕਰੋ ਆਪਣੀ ਡਾਈਟ ਦੇ ਅੰਦਰ ਫਾਈਬਰ ਨੂੰ ਵਧਾਓ। ਇੱਕ ਮੈਨੂੰ ਇਹ ਵੀ ਦੱਸੋ ਕਿ ਤੁਸੀਂ ਜਦੋਂ ਸਵੇਰੇ ਟੋਇਲਟ ਜਾਂਦੇ ਹੋ, ਮੋਸ਼ਨ ਜਾਂਦੇ ਹੋ, ਪੇਟ ਸਾਫ਼ ਹੋ ਜਾਂਦਾ ਵਾ ਕਿ ਉਦੋਂ ਵੀ ਪ੍ਰੋਪਰ ਸਾਫ਼ ਨਹੀਂ ਹੁੰਦਾ? ਨਹੀਂ ਨਹੀਂ ਡਾਕਟਰ ਸਾਹਿਬ ਆਉਂਦੇ ਨਹੀਂ ਸਵੇਰ ਵੇਲੇ ਤਾਂ ਮੈਨੂੰ ਇੰਨੀ, ਮਤਲਬ ਮੈਂ 5:30-6 ਵਜੇ ਜਦ ਮਤਲਬ ਤਕਰੀਬਨ ਉਸੇ ਟਾਈਮ ਹੀ ਜਾਂਦੀ ਹਾਂ, ਆਉਂਦੀ ਨਹੀਂ ਕਈ ਵਾਰੀ, ਬਸ ਜਿਵੇਂ ਬਹੁਤ ਸਖ਼ਤ ਜਿਵੇਂ ਰੋੜੀ ਜਿਹੀ ਹੁੰਦੀ ਹੈ ਆਉਂਦੀ ਹੈ ਕਈ ਵਾਰੀ, ਫਿਰ ਉਹ ਤੋਂ ਬਾਅਦ ਮੈਨੂੰ ਤਕਰੀਬਨ ਮੈਂ 7 ਵਜੇ ਜਦ ਚਾਹ ਪੀਨੀ ਆ ਕੁਛ ਖਾਂਦੀ ਹਾਂ, ਉਹ ਤੋਂ ਬਾਅਦ ਥੋੜ੍ਹੀ ਜਿਹੀ ਆਉਂਦੀ ਆ, ਫਿਰ ਕੁਛ ਚਿਰ ਬਾਅਦ ਫਿਰ ਥੋੜ੍ਹੀ ਥੋੜ੍ਹੀ ਕਰਕੇ ਆਉਂਦੀ ਹੈ, ਅਤੇ ਮੇਰੀ ਜਿਹੜੀ ਟੋਇਲਟ ਵਾਲੀ ਜਗ੍ਹਾ ਹੈਗੀ ਆ ਉੱਥੇ ਥੋੜਾ ਜਿਹਾ ਮਾਸ ਜਿਹਾ ਵੀ ਵਾਲ ਨੂੰ ਮਤਲਬ ਨਿਕਲਦਾ ਹੈਗਾ, ਤੇ ਜੇ ਮੈਂ ਬਹਿਨੀ ਆ ਫਿਰ ਉਹ ਠੀਕ ਹੋ ਜਾਂਦਾ, ਉਂਝ ਦਰਦ ਵਗੈਰਾ ਨਹੀਂ ਹੁੰਦਾ ਕੁਛ। ਦੇਖੋ ਜਿਹੜੀ ਤੁਸੀਂ ਪ੍ਰੋਬਲਮ ਦੱਸ ਰਹੇ ਹੋ, ਇੱਕ ਤਾਂ ਦੇਖੋ ਤੁਸੀਂ ਡਾਇਬਟਿਕ ਹੋ, ਇੱਕ ਡਾਇਬਟਿਕ ਪੇਸ਼ੈਂਟ ਨੂੰ ਇੱਕ ਨੋਰਮਲ ਪੇਸ਼ੈਂਟ ਦੇ ਨਾਲੋਂ ਵੱਧ ਪਾਣੀ ਪੀਣ ਦੀ ਲੋੜ ਹੁੰਦੀ ਹੈ। ਕੋਸ਼ਿਸ਼ ਕਰੋ ਆਪਣੀ ਪਾਣੀ ਦੀ ਮਿਕਦਾਰ ਵਧਾਓ, ਹੈਗੀ ਇੱਕ ਨੰਬਰ ਚੀਜ਼ ਜਿਹੜੀ ਤੁਸੀਂ ਕਰਨੀ ਹੈ। ਦੂਸਰੀ ਚੀਜ਼,
ਚਾਹੇ ਤੁਹਾਡਾ ਪੇਟ ਸਾਫ਼ ਹੋਣਾ ਸ਼ੁਰੂ ਵੀ ਹੋ ਜਾਵੇ, ਤੁਸੀਂ ਤਕਰੀਬਨ 10 ਗ੍ਰਾਮ ਇਸਬਗੋਲ ਦਾ ਛਿਲਕਾ ਸਵੇਰੇ ਖਾਣਾ ਜੀ ਅਤੇ 10 ਗ੍ਰਾਮ ਇਸਬਗੋਲ ਦਾ ਛਿਲਕਾ ਸ਼ਾਮੀ ਖਾਣਾ। ਇਸਬਗੋਲ ਦਾ ਛਿਲਕਾ ਜਿਹੜਾ ਵਾ ਉਹ US 'ਚ ਅਵੇਲੇਬਲ ਹੈ, ਨਹੀਂ ਮਿਲੇ ਹੈਲਪਲਾਈਨ ਨੰਬਰ 'ਤੇ ਸਾਡੀ ਕਾਲ ਕਰ ਲਓ, ਮਿਸ਼ੀਗਨ 'ਚ ਵੀ ਸਾਡਾ ਸੈਂਟਰ ਹੈ, ਸਾਡੇ ਡਿਸਟ੍ਰੀਬਿਊਟਰ ਤੁਹਾਨੂੰ ਦੱਸ ਦੇਣਗੇ ਕਿ ਤੁਹਾਡੇ ਨੇੜੇ ਤੇੜੇ ਨੋਰਮਲ ਇਸਬਗੋਲ ਦਾ ਛਿਲਕਾ ਕਿਹੜੇ ਸਟੋਰ 'ਤੇ ਅਵੇਲੇਬਲ ਹੈ, ਠੀਕ ਹੈ ਜੀ। ਇਸਬਗੋਲ ਦਾ ਛਿਲਕਾ, ਇਸਬਗੋਲ ਦਾ ਛਿਲਕਾ ਹੈਗਾ, ਮੈਂ ਉਹ ਬੈਨੀ ਫਾਈਬਰ ਲੈਂਦੀ ਹਾਂ, ਮੈਨੂੰ ਪਿੱਛੇ ਜਿਹੇ ਡਾਕਟਰ ਨੇ ਦੱਸਿਆ ਸੀ ਉਹਦੇ ਨਾਲ ਵੈਸੇ ਮੈਨੂੰ ਥੋੜ੍ਹਾ ਜਿਹਾ ਠੀਕ ਰਹਿੰਦਾ, ਉਹਦਾ ਮੈਂ 2 ਚਮਚੇ ਸਵੇਰੇ ਪਾਣੀ 'ਚ ਘੋਲ ਕੇ ਮੈਂ। ਤੁਸੀਂ ਉਹ ਵੀ ਜ਼ਰੂਰ ਲਵੋ, ਲੇਕਿਨ ਇਸਬਗੋਲ ਬੰਦ ਨਹੀਂ ਕਰਨਾ। ਜਿਹੜਾ ਤੁਸੀਂ ਮੈਨੂੰ ਮਾਸ ਦੱਸ ਰਹੇ ਹੋ ਕਿ ਬਾਹਰ ਆਉਂਦਾ ਵੈ, ਇਸਬਗੋਲ ਉਹਦੇ ਵਾਸਤੇ ਇੱਕ ਬਹੁਤ ਹੀ ਚੰਗੀ ਚੀਜ਼ ਹੈ। ਤੀਜੀ ਚੀਜ਼ ਜਿਹੜੀ ਤੁਹਾਡੇ ਵਾਸਤੇ ਚੰਗੀ ਹੈ ਉਹ ਹੈ, ਜਦੋਂ ਵੀ ਤੁਸੀਂ ਟੋਇਲਟ ਜਾਣਾ ਵੈ, ਕੋਸ਼ਿਸ਼ ਕਰਨਾ ਵੈ ਕਿ ਤੁਸੀਂ ਸਰ੍ਹੋਂ ਦਾ ਤੇਲ ਆਪਣੇ ਕੋਲ ਉੱਥੇ ਰੱਖੋ, ਆਪਣੀ ਟੋਇਲਟ ਵਾਲੀ ਜਗ੍ਹਾ 'ਤੇ ਤੁਸੀਂ ਸਰ੍ਹੋਂ ਦਾ ਤੇਲ ਜ਼ਰੂਰ ਲਗਾਉਣਾ ਜੀ। ਵੈਸੇ ਤਾਂ ਬਹੁਤ ਸਾਰੇ ਮੈਡੀਕੇਟਿਡ ਆਇਲ ਵੀ ਆਉਂਦੇ ਨੇ, ਕਾਸੀ ਸਦੀ ਤੇਲ ਆਉਂਦਾ ਵੈ, ਲੇਕਿਨ ਮੈਂ ਡਾਊਟ ਕਰਦਾ ਵਾਂ ਕਿ USA 'ਚੋਂ ਸ਼ਾਇਦ ਅਵੇਲੇਬਲ ਨਾ ਹੋਏ, ਇਸ ਕਰਕੇ ਤੁਸੀਂ ਸਰ੍ਹੋਂ ਦਾ ਤੇਲ ਲਗਾਉਣਾ ਸ਼ੁਰੂ ਕਰ ਦਿਓ। ਇਸ ਤੋਂ ਇਲਾਵਾ ਤੁਸੀਂ ਕੋਸ਼ਿਸ਼ ਕਰਨੀ ਹੈ ਪਪੀਤਾ ਆਪਣੀ ਖੁਰਾਕ 'ਚ ਵਧਾਓ, ਤੁਹਾਡੇ ਵਾਸਤੇ ਬਹੁਤ ਚੰਗਾ ਵੈ। ਰਸੌਂਤ ਤੁਹਾਨੂੰ ਉੱਥੇ ਮਿਲ ਸਕੇ, ਤੁਹਾਡੇ ਵਾਸਤੇ ਬਹੁਤ ਚੰਗੀ ਹੈ। ਨਾ ਮਿਲਣ ਇੱਕ ਕੈਪਸੂਲਸ ਆਉਂਦੇ ਨੇ ਵਿਰੇਚਨ ਕੈਪਸੂਲਸ, ਉਹਦੇ 'ਚ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਨੇ ਜਿਹੜੀਆਂ ਮੈਂ ਦੱਸ ਰਿਹਾ ਵਾਂ, ਉਹ ਵੀ US 'ਚ ਅਵੇਲੇਬਲ ਨੇ ਵਿਰੇਚਨ ਕੈਪਸੂਲ। ਤੁਸੀਂ ਰੋਜ਼ ਰਾਤੀ ਸੌਣ ਲੱਗਿਆ ਇੱਕ ਕੈਪਸੂਲ ਜਾਂ 2 ਕੈਪਸੂਲ ਵਿਰੇਚਨ ਲੈ ਸਕਦੇ ਹੋ ਜੀ। ਓਕੇ ਜੀ, ਥੈਂਕ ਯੂ ਸੋ ਮਚ ਜੀ। ਬਾਕੀ ਕੋਈ ਵੀ ਇਸ਼ੂ ਹੈਗਾ ਤੁਸੀਂ ਜੋ ਹੈਲਪਲਾਈਨ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ। ਸੋ ਪਹਿਲਾਂ ਬ੍ਰੇਕ ਦਾ ਹੋ ਗਿਆ ਜੀ, ਬ੍ਰੇਕ ਲੈ ਕੇ ਛੇਤੀ ਛੇਤੀ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ। ਸ਼ੋਅ ਚੱਲ ਰਿਹਾ, ਲਾਈਵ ਸ਼ੋਅ ਚੱਲ ਰਿਹਾ ਹੈਲਥ ਪਲੱਸ, ਸਾਡੇ ਨਾਲ ਦੇ ਡਾਕਟਰ ਨਵਦੀਪ ਸ਼ਰਮਾ ਜੀ। ਡਾਇਰੈਕਟ ਕਾਲ ਕਰ ਸਕਦੇ ਹੋ ਤੁਸੀਂ, ਆਪਣੀ ਪ੍ਰੋਬਲਮ ਜਿਹੜੀ ਹੈ ਹੈਲਥ ਇਸ਼ੂ ਡਿਸਕਸ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਗੱਲ ਅੱਜ ਥਾਇਰਾਇਡ ਬਾਰੇ ਹੋ ਰਹੀ ਹੈ। ਸੋ ਗੱਲ ਕੰਟੀਨਿਊ ਕਰਾਂਗੇ, ਪਰ ਕਾਲਰ ਨੇ ਪਹਿਲਾਂ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਦੱਸੋ ਜੀ ਕੀ ਪ੍ਰੋਬਲਮ ਹੈ? ਮੈਂ ਨਾ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦੀ ਹਾਂ, ਪ੍ਰੋਬਲਮਾਂ ਕਿੰਨੀਆਂ ਹੀ ਆ ਮਤਲਬ। ਜੀ ਹਾਂਜੀ ਪੁੱਛੋ ਜੀ। ਤੇ ਇੱਕ ਤਾਂ ਮੈਨੂੰ ਖਾਣਾ ਪੀਣਾ ਇੰਨਾ ਹਜ਼ਮ ਨਹੀਂ ਹੁੰਦਾ, ਯਾਨੀ ਕਿ ਤੁਸੀਂ ਜਿੱਦਾਂ ਮਤਲਬ ਜਿੱਦਾਂ ਜੇ ਤੇ ਪੇਨ ਹੁੰਦਾ ਰਹਿੰਦਾ ਆ, ਫਿਰ ਉੱਪਰ ਛਾਤੀ ਤੇ ਵੀ ਥੋੜ੍ਹਾ ਜਿਹਾ ਇੱਦਾਂ ਮੱਠਾ ਮੁੱਠਾ ਜਿਹਾ ਪੇਨ ਹੁੰਦਾ ਰਹਿੰਦਾ ਆ ਜੀ। ਤੇ ਪਹਿਲਾਂ ਮੇਰੇ ਲੀਵਰ 'ਚ ਪ੍ਰੋਬਲਮ ਆਈ, ਸਿਹਤ ਮੇਰੀ ਘੱਟਦੀ ਜਾ ਰਹੀ ਹੈ, ਮੇਰਾ ਸਰੀਰ ਮਤਲਬ ਬਹੁਤ ਡਾਊਨ ਹੋਈ ਜਾਂਦਾ, ਕਮਜ਼ੋਰੀ ਆਈ ਜਾਂਦੀ ਹੈ ਮੇਰੇ ਵਿੱਚ। ਓਕੇ ਜੀ ਓਕੇ। ਦੇਖੋ ਜਿਹੜੀ ਵੀ ਤੁਸੀਂ ਪ੍ਰੋਬਲਮਸ ਮੇਨਲੀ ਦੱਸ ਰਹੇ ਹੋ, ਲੀਵਰ ਦਾ ਠੀਕ ਨਾ ਰਹਿਣਾ, ਡਾਈਜੈਸ਼ਨ ਦੀ ਪ੍ਰੋਬਲਮ ਆਉਣਾ ਅਤੇ ਕਮਜ਼ੋਰੀ ਆਉਣਾ, ਇਹ ਸਾਰੀਆਂ ਪ੍ਰੋਬਲਮਸ ਇੱਕ ਦੂਜੇ ਨਾਲ ਇੰਟਰ ਰਿਲੇਟਡ ਪ੍ਰੋਬਲਮਸ ਨੇ। ਜੇ ਸਾਡਾ ਲੀਵਰ ਠੀਕ ਨਹੀਂ ਹੋਏਗਾ, ਸਾਡੀ ਡਾਈਜੈਸ਼ਨ ਖਰਾਬ ਹੋਏਗੀ, ਜੇ ਡਾਈਜੈਸ਼ਨ ਖਰਾਬ ਹੋਏਗੀ ਸਾਨੂੰ ਖਾਧਾ ਪੀਤਾ ਲੱਗੇਗਾ ਨਹੀਂ, ਸਰੀਰ 'ਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਏਗੀ। ਇਹਦਾ ਮਤਲਬ ਹੈ ਕਿ ਅਗਰ ਆਪਾਂ ਬੇਸ ਠੀਕ ਕਰ ਲੈਂਦੇ ਹਾਂ, ਤੁਹਾਡੇ ਲੀਵਰ ਨੂੰ ਸਟਰੋਂਗ ਕਰ ਲੈਂਦੇ ਹਾਂ, ਤੁਹਾਡੀ ਡਾਈਜੈਸ਼ਨ ਇੰਪਰੂਵ ਹੋ ਜਾਏਗੀ। ਜਦੋਂ ਡਾਈਜੈਸ਼ਨ ਇੰਪਰੂਵ ਹੋਏਗੀ, ਹੌਲੀ ਹੌਲੀ ਖਾਧਾ ਪੀਤਾ ਲੱਗਣ ਲੱਗ ਪਏਗਾ, ਤਾਂ ਸਰੀਰ ਆਪੇ ਤਾਕਤਵਰ ਹੋ ਜਾਏਗਾ, ਬਜਾਏ ਕਿ ਆਪਾਂ ਤੁਹਾਨੂੰ ਕੋਈ ਤਾਕਤ ਦੀ ਦਵਾਈ ਗਾਈਡ ਕਰੀਏ। ਲੀਵਰ ਨੂੰ ਜਦੋਂ ਆਪਾਂ ਹੈਲਦੀ ਕਰਨਾ ਹੈ, ਉਹਦੇ 'ਚ ਜਿਹੜੀ ਕਾਮਨ ਚੀਜ਼ ਤੁਸੀਂ ਉੱਥੇ ਇਸਤੇਮਾਲ ਕਰ ਸਕਦੇ ਹੋ ਉਹ ਹੈ ਮੁਲੇਠੀ। ਮੁਲੇਠੀ ਉੱਥੇ ਅਵੇਲੇਬਲ ਵੀ ਹੈ, ਔਰ ਮੁਲੇਠੀ ਤੁਹਾਡੇ ਵਾਸਤੇ ਚੰਗੀ ਵੀ ਬਹੁਤ ਹੈ। ਕੋਸ਼ਿਸ਼ ਕਰੋ ਤੁਸੀਂ ਮੁਲੇਠੀ ਦਾ ਤਕਰੀਬਨ ਚਮਚੇ ਦਾ 1/5 ਹਿੱਸਾ ਸਵੇਰੇ ਅਤੇ 1/5 ਹਿੱਸਾ ਸ਼ਾਮੀ ਤਾਜ਼ੇ ਪਾਣੀ ਨਾਲ ਲੈਣਾ ਸ਼ੁਰੂ ਕਰੋ। ਥੋੜ੍ਹੀ ਐਸੀਡਿਟੀ ਵੀ ਠੀਕ ਕਰੇਗੀ ਮੁਲੱਠੀ, ਅਤੇ ਤੁਹਾਡੀ ਜਿਹੜੀ ਹੈ ਲੀਵਰ ਨੂੰ ਵੀ ਹੈਲਦੀ ਕਰੇਗੀ, ਕੁਝ ਸਟਰੈਂਥ ਵੀ ਦੇਵੇਗੀ। ਸੈਕਿੰਡ ਚੀਜ਼ ਜਿਹੜੀ ਤੁਸੀਂ ਕਰ ਸਕਦੇ ਹੋ ਉਹ ਹੈ ਜੀਰਾ ਭੁੰਨ ਕੇ ਖਾਣਾ। ਕੋਸ਼ਿਸ਼ ਕਰੋ ਤੁਸੀਂ ਜਿਹੜੀ ਵੀ ਸਬਜ਼ੀ ਖਾ ਰਹੇ ਹੋ ਉਹਦੇ 'ਚ ਜੀਰਾ ਜ਼ਰੂਰ ਭੁੰਨ ਕੇ ਖਾਓ। ਥਰਡ ਚੀਜ਼ ਟੀਂਡੇ, ਟੀਂਡੇ ਉੱਥੇ ਵੀ ਮਿਲਦੇ ਨੇ। ਟੀਂਡਾ ਇੱਕ ਐਸੀ ਡਾਈਟ ਹੈ ਜਿਹੜੀ ਕਿ ਆਸਾਨੀ ਨਾਲ ਪਚ ਕੇ ਸਾਨੂੰ ਤਾਕਤ ਬਹੁਤ ਵਧੀਆ ਦਿੰਦਾ ਵੈ। ਔਰ ਲਾਸਟ ਚੀਜ਼ ਜਿਹੜੀ ਤੁਸੀਂ ਲੈਣੀ ਹੈ ਜੀ, ਜਦੋਂ ਤੁਹਾਡਾ ਟੇਸਟੀ ਚੀਜ਼ ਖਾਣ ਦਾ ਕੋਈ ਦਿਲ ਕਰਦਾ ਕਿ ਮੇਰਾ ਅੱਜ ਕੁਝ ਫਰਾਈਡ ਖਾਣ ਦਾ ਦਿਲ ਕਰ ਰਿਹਾ ਵੈ, ਉਦੋਂ ਤੁਸੀਂ ਹੋਰ ਫਰਾਈਡ ਲੈਣ ਦੀ ਜਗ੍ਹਾ 'ਤੇ ਮੂੰਗੀ ਦੀ ਦਾਲ ਭੁੰਨ ਕੇ ਰੱਖ ਲਵੋ। ਮੂੰਗੀ ਦੀ ਦਾਲ ਤੁਸੀਂ ਭੁੰਨ ਕੇ ਰੱਖ, ਮੂੰਗੀ ਦੀ ਦਾਲ ਘਰ 'ਚ ਤੁਸੀਂ ਮੂੰਗੀ ਦੀ ਦਾਲ ਨੂੰ ਨਾ ਆਪੇ ਭੁੰਨ ਕੇ ਰੱਖ ਲਵੋ। ਜਦੋਂ ਤੁਹਾਡਾ ਕੋਈ ਫਰਾਈਡ ਖਾਣ ਦਾ ਕੋਈ ਵਿੱਚ ਮੰਚਿੰਗ ਕਰਨ ਦਾ ਦਿਲ ਕਰਦਾ ਵੈ ਕਿ ਮੈਂ ਹੁਣ ਕੁਝ ਖਾਣਾ ਵੈ, ਉਦੋਂ ਤੁਸੀਂ ਜਿਹੜੀ ਹੈ ਮੂੰਗੀ ਦੀ ਦਾਲ ਲਵੋ। ਔਰ ਕੋਸ਼ਿਸ਼ ਕਰੋ ਥੋੜ੍ਹੀ ਚਾਹ ਨੂੰ ਘਟਾਓ, ਅਗਰ ਤੁਸੀਂ ਮਿਰਚਾਂ ਜ਼ਿਆਦਾ ਖਾਂਦੇ ਹੋ ਮਿਰਚਾਂ ਨੂੰ ਘਟਾਓ, ਫਰਾਈਡ ਘੱਟ ਲਵੋ ਅਤੇ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ। ਖਾਣੇ ਦੇ ਉੱਪਰੋਂ ਆਪਾਂ ਪਾਣੀ ਵੀ ਗਰਮ ਪੀਣਾ, ਇਹ ਤੁਸੀਂ ਜ਼ਰੂਰ ਯਾਦ ਰੱਖਣਾ ਜੀ, ਠੀਕ ਹੈ ਜੀ। ਓਕੇ ਜੀ। ਗਰਮ ਚੀਜ਼ ਤਾਂ ਬਿਲਕੁਲ, ਮੇਰੀ ਗੱਲ ਸੁਣੋ, ਗਰਮ ਚੀਜ਼ ਮੈਨੂੰ ਬਿਲਕੁਲ ਨਹੀਂ ਹਾਜ਼ਮ ਹੁੰਦੀ, ਮੈਂ ਜੀਰਾ, ਮੇਰੀ ਭੁੱਖ ਬਿਲਕੁਲ ਮਰ ਜਾਂਦੀ ਜੇ ਮੈਂ ਖਾਵਾਂ, ਮੈਂ ਜੀਰਾ ਖਾਵਾਂ। ਜੀਰਾ ਨਾ, ਜੀਰਾ ਜੀ ਠੰਡਾ ਹੁੰਦਾ, ਜੀਰੇ ਦੀ ਤਸੀਰ ਕਾਫੀ ਠੰਡੀ ਹੁੰਦੀ ਹੈ, ਜੀਰਾ ਜਵੈਨ ਗਰਮ ਹੁੰਦੀ ਹੈ ਜੀ,
ਤੇ ਜੀਰਾ ਠੰਡਾ ਹੁੰਦਾ ਵਾ ਤੇ ਜਿਹਦਾ ਤੇਜ਼ਾਬ ਬਣਦੀ ਆ ਜਿਵੇਂ ਉਹ ਖਾਣੀ ਆ ਤਾਂ ਮਤਲਬ ਗਰਮ ਚੀਜ਼ ਬਿਲਕੁਲ ਨਹੀਂ ਮੈਨੂੰ ਐਸੇ ਵਾਸਤੇ ਹੀ ਹਾਂ ਐਸੇ ਵਾਸਤੇ ਹੀ ਨਾ ਐਸੇ ਵਾਸਤੇ ਹੀ ਜਿਹੜੀ ਮੁਲੱਠੀ ਆ ਜੀ ਗੈਸ ਬਣਦੀ ਆ ਠੰਡੀਆਂ ਚੀਜ਼ਾਂ ਖਾਣ ਦੇ ਨਾਲ ਮਤਲਬ ਲੀਵਰ ਨੂੰ ਵੀ ਬੈਟਰ ਪਹੁੰਚਾਏਗੀ, ਤਾਕਤ ਵੀ ਦੇਵੇਗੀ ਤੁਹਾਡੇ ਸਰੀਰ ਨੂੰ, ਔਰ ਜੀਰਾ ਵੀ ਗਰਮ ਨਹੀਂ ਹੈ, ਠੀਕ ਹੈ? ਇਹ ਤੁਸੀਂ ਜ਼ਰੂਰ ਕਰੋ ਜੀ। ਓਕੇ ਜੀ, ਬਾਕੀ ਹੋਰ ਕੋਈ ਵੀ ਪ੍ਰੋਬਲਮ ਹੈ ਜੋ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ ਤੇ ਕਾਲ ਕਰ ਲਿਓ ਜੀ। ਸੋ ਅਗਲੇ ਕਾਲਰ ਲੈ ਲੈਣੇ ਆ। ਹੈਲੋ ਹੁਣ ਅੱਗੋਂ ਅਸੀਂ ਵੀ ਕੀ ਰੱਖੀਏ ਵੀ ਧਿਆਨ ਰੱਖੀਏ ਵੀ ਕਿ ਸਾਡੀ ਏਦਾਂ ਨਾ ਬਿਲਕੁਲ ਬਿਲਕੁਲ ਜੀ। ਦੇਖੋ ਕੁਛ ਫੈਮਿਲੀਜ਼ ਅੰਦਰ ਜਿਹੜਾ ਸੀਨਾਈਲ ਡਿਮੈਂਸ਼ੀਆ ਵੈ ਉਹ ਦੂਜਿਆਂ ਦੇ ਨਾਲੋਂ ਜਲਦੀ ਹੁੰਦਾ ਵੈ, ਯਾਦਦਾਸ਼ਤ ਉਮਰ ਦੇ ਨਾਲ ਘਟਣ ਲੱਗ ਪੈਂਦੀ ਹੈ। ਉਹਦੇ 'ਚ ਤੁਸੀਂ ਇੱਕ ਚੀਜ਼ ਤਾਂ ਕਰਨੀ ਹੈ ਕਿ ਜਦੋਂ ਵੀ ਤੁਸੀਂ ਰਾਤੀ ਸੌਣਾ ਵੈ, ਕੋਸ਼ਿਸ਼ ਕਰੋ ਆਪਣੇ ਬੈੱਡ ਦੇ ਪੈਰਾਂ ਵਾਲੇ ਪਾਸੇ ਇੱਕ ਇੱਕ ਇੱਟ ਲਗਾ ਦਿਓ। ਤੁਹਾਡਾ ਜਿਹੜਾ ਸਿਰ ਵਾਲਾ ਹਿੱਸਾ ਵੈ ਥੋੜ੍ਹਾ ਜਿਹਾ ਨੀਵਾਂ ਰਹਿਣਾ ਚਾਹੀਦਾ ਵੈ ਐਸ ਕੰਪੇਅਰ ਟੂ ਤੁਹਾਡੇ ਪੈਰਾਂ ਵਾਲੇ ਹਿੱਸੇ ਤੋਂ, ਤਾਂ ਕਿ ਜਦੋਂ ਵੀ ਤੁਸੀਂ ਰਾਤੀ ਸੋਵੋ ਬ੍ਰੇਨ ਦੇ ਅੰਦਰ ਵੱਧ ਬਲੱਡ ਜਾਏ, ਉਹ ਬੈਟਰ ਰੀਜੂਵੀਨੇਟ ਕਰ ਸਕੇ। ਦੂਸਰੀ ਚੀਜ਼ ਹੈ ਜੀ ਮੇਥਰੇ। ਮੇਥਰੇ ਤੁਸੀਂ ਜਿੰਨੇ ਵਧੀਆ ਲਵੋਗੇ ਔਰ ਮੇਥੀ ਦੀ ਸਬਜ਼ੀ ਤੁਸੀਂ ਜਿੰਨੀ ਖਾਓਗੇ ਤੁਸੀਂ ਇਸ ਚੀਜ਼ ਤੋਂ ਬਚ ਸਕਦੇ ਹੋ। ਤੀਜਾ ਵਾ ਜੀ ਕੋਕੋਨਟ ਓਇਲ, ਨਾਰੀਅਲ ਦਾ ਤੇਲ। ਦੇਖੋ ਆਪਾਂ ਕਹਿੰਦੇ ਹਾਂ ਜੀ ਕੇਰਲਾ ਵਾਲੇ ਪਾਸੇ ਸਾਊਥ ਇੰਡੀਆ 'ਚ ਜਿਹੜਾ ਕੋਕੋਨਟ ਓਇਲ ਆ ਕੁਕਿੰਗ 'ਚ ਇਸਤੇਮਾਲ ਹੁੰਦਾ ਵਾ ਔਰ ਲੋਕਾਂ ਦਾ ਬ੍ਰੇਨ ਬੜਾ ਤੇਜ਼ ਰਹਿੰਦਾ ਵਾ ਉੱਥੇ। ਕੋਕੋਨਟ ਓਇਲ ਸਾਡੇ ਬ੍ਰੇਨ ਦੀ ਰੱਖਿਆ ਕਰਦਾ ਵਾ। ਕੋਸ਼ਿਸ਼ ਕਰੋ ਕਿ ਜਿਹੜੀਆਂ ਤੁਹਾਡੀਆਂ ਖਾਣ ਵਾਲੀਆਂ ਚੀਜ਼ਾਂ ਨੇ, ਸ਼ੁਰੂ 'ਚ ਤੁਹਾਨੂੰ ਚੰਗਾ ਨਹੀਂ ਲੱਗੇਗਾ, ਹੁਣ ਸਾਨੂੰ ਆਦਤ ਪਈ ਹੈ ਜੀ ਪੰਜਾਬੀਆਂ ਨੂੰ ਆਪਾਂ ਤਿਲ ਦਾ ਤੇਲ ਜ਼ਿਆਦਾ ਇਸਤੇਮਾਲ ਕਰੀਦਾ ਵਾ, ਸਵਾਦ 'ਚ ਪੰਜਾਬ ਜਿਹੜਾ ਵਾ ਸਭ ਤੋਂ ਜ਼ਿਆਦਾ ਪਰਟੀਕੁਲਰ ਹੈ। ਲੇਕਿਨ ਕੋਕੋਨਟ ਓਇਲ ਤੁਹਾਨੂੰ ਸ਼ੁਰੂ 'ਚ ਚੰਗਾ ਤਾਂ ਨਹੀਂ ਲੱਗੇਗਾ ਬਟ ਤੁਹਾਡੇ ਵਾਸਤੇ ਹੈ ਬੜਾ ਚੰਗਾ ਜੀ ਤੁਹਾਡੀ ਇਹ ਮੈਮਰੀ ਵਾਸਤੇ। ਆਪਾਂ ਕੋਸ਼ਿਸ਼ ਕਰਨੀ ਕਿ ਕੋਕੋਨਟ ਓਇਲ ਦੀ ਆਦਤ ਪਾਣੀ ਹੈ ਜੀ ਆਪਣੀ ਕੁਕਿੰਗ ਦੇ ਅੰਦਰ। ਇਹ ਕੁਛ ਕੋਮਨ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ। ਕੁਛ ਹਰਬਸ ਨੇ ਤੁਹਾਡੇ ਵਾਸਤੇ ਜਿਹੜੀਆਂ ਬੜੀਆਂ ਚੰਗੀਆਂ ਨੇ, ਉਹ ਹੈ ਬ੍ਰਹਮੀ, ਸ਼ੰਖ ਪੁਸ਼ਪੀ, ਤਗਰ, ਜਟਾ ਮਾਨਸੀ, ਤੁਹਾਨੂੰ ਮਿਲ ਸਕਣ, ਤੁਸੀਂ ਹਰਬਸ ਲੈ ਸਕਦੇ ਹੋ। ਅਦਰਵਾਈਜ਼ ਇਹਨਾਂ ਦਾ ਨਾ ਆਪਾਂ ਇੱਕ ਮੈਡੀਸਿਨ ਬਣਾਈਏ ਜਿਹਦਾ ਨਾਮ ਹੈ ਸਿਫੈਲੇਗੋ, ਉਹਦੇ 'ਚ ਆਪਾਂ ਹਰਬਸ ਪਾਈਆਂ ਹੋਈਆਂ ਨੇ ਸਾਰੀ ਸਾਰੀਆਂ। USA 'ਚ ਵੀ ਅਵੇਲੇਬਲ ਹੈ ਮੈਡੀਸਿਨ, ਤੁਸੀਂ ਸਾਡੇ ਹੈਲਪਲਾਈਨ ਨੰਬਰਸ 'ਤੇ ਕਾਲ ਕਰਕੇ ਅਗਰ ਚਾਹੋ ਤਾਂ ਉਹ ਵੀ ਲੈ ਸਕਦੇ ਹੋ। ਬਾਕੀ ਤੁਸੀਂ ਨਾ ਵੀ ਲਵੋ ਤਾਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਗਾਈਡ ਕੀਤੀਆਂ ਨੇ ਜੇ ਤੁਸੀਂ ਇਹ ਵੀ ਕਰ ਲਈਆਂ ਤਾਂ ਤੁਹਾਨੂੰ ਪ੍ਰੋਬਲਮ ਨਹੀਂ ਆਉਣੀ, ਠੀਕ ਹੈ ਜੀ? ਡਾਕਟਰ ਨਵਦੀਪ ਸ਼ਰਮਾ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ 15 ਅਗਸਤ ਤੋਂ ਬਾਅਦ ਦੁਬਾਰਾ ਵਿਜ਼ਿਟ ਕਰ ਰਹੇ ਨੇ USA ਦੇ ਵਿੱਚ, ਇਹਨਾਂ ਨੰਬਰ ਤੇ ਕਾਲ ਕਰਕੇ ਅਪੁਆਇੰਟਮੈਂਟ ਫਿਕਸ ਕਰਵਾ ਲੈਣੀ ਹੈਗੀ ਆ। ਪਹਿਲਾਂ ਤੁਸੀਂ ਹੁਣ ਤੋਂ ਹੀ ਅਪੁਆਇੰਟਮੈਂਟ ਫਿਕਸ ਕਰਵਾ ਸਕਦੇ ਹੋ ਜੀ, ਕਿਉਂਕਿ ਬਹੁਤ ਸਾਰੇ ਲੋਕ ਮਿਲਣ ਦੇ ਲਈ ਇਹਨਾਂ ਨੂੰ ਪਹੁੰਚਦੇ ਨੇ, ਫਿਰ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਅਤੇ ਅੱਛੇ ਤਰੀਕੇ ਦੇ ਨਾਲ ਡੀਲ ਨਹੀਂ ਕੀਤਾ ਜਾ ਸਕਦਾ, ਇਹਨਾਂ ਕੋਲ ਵੀ ਟਾਈਮ ਦੀ ਕਮੀ ਹੁੰਦੀ ਹੈ। ਸੋ ਇਸੇ ਕਰਕੇ ਹੁਣ ਤੋਂ ਹੀ ਅਪੁਆਇੰਟਮੈਂਟ ਫਿਕਸ ਕਰਵਾਉਣੀਆਂ ਜਿਹੜੀਆਂ ਨੇ ਇਹਨਾਂ ਨੰਬਰ 'ਤੇ ਕਾਲ ਕਰਕੇ ਸ਼ੁਰੂ ਕਰ ਦਿਓ ਜੀ। ਅਗਲੇ ਕਾਲਰ ਲੈ ਲੈਂਦੇ ਆਪਾਂ। ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕੀ ਪੁੱਛਣਾ ਚਾਹੋਗੇ? ਮੈਂ ਕੈਲੀਫੋਰਨੀਆ ਤੋਂ ਬੋਲਦਾ ਜੀ। ਹਾਂਜੀ ਜੀ, ਹਾਂਜੀ ਦੱਸੋ ਜੀ ਕੀ ਪੁੱਛਣਾ ਚਾਹੋਗੇ, ਪਰ ਟੀਵੀ ਦਾ ਵੋਲਿਊਮ ਘੱਟ ਕਰ ਲਓ। ਅੱਛਾ ਜੀ, ਹਾਂਜੀ ਹੈਲੋ, ਹਾਂਜੀ ਪੁੱਛੋ ਜੀ। ਮੈਨੂੰ ਬਲਗਮ ਬਹੁਤ ਹੈ ਜੀ। ਠੀਕ ਹੈ ਜੀ, ਤੁਸੀਂ ਇਹਦੇ ਵਾਸਤੇ ਕੁਝ ਕਰਦੇ ਵੀ ਹੋ ਜੀ? ਬਲਗਮ ਤੁਸੀਂ ਇਹਦੇ ਵਾਸਤੇ ਕੋਈ ਲੈ ਵੀ ਰਹੇ ਹੋ ਜੀ, ਕੋਈ ਮੈਡੀਸਿਨ ਵਗੈਰਾ ਜਾਂ ਕੁਝ ਕਰਦੇ ਵੀ ਹੋ? ਨਹੀਂ ਜੀ। ਤੁਸੀਂ ਬਲਗਮ ਦੇ ਵਾਸਤੇ ਜਿਹੜਾ ਸਭ ਤੋਂ ਕਾਮਨ ਚੀਜ਼ ਹੈ ਜਿਹੜੀ ਘਰ 'ਚ ਤੁਹਾਡੇ ਅਵੇਲੇਬਲ ਹੈ ਉਹ ਹੈ ਜੀ ਦਾਲਚੀਨੀ ਅਤੇ ਛੋਟੀ ਇਲਾਚੀ। ਛੋਟੀ ਇਲਾਇਚੀ ਅਤੇ ਦਾਲਚੀਨੀ, ਕੋਸ਼ਿਸ਼ ਕਰੋ ਤੁਸੀਂ ਬਰਾਬਰ ਮਾਤਰਾ ਦੇ ਅੰਦਰ ਛੋਟੀ ਇਲਾਚੀ ਅਤੇ ਦਾਲਚੀਨੀ ਮਿਕਸ ਕਰ ਲਵੋ। ਅਗਰ ਤੁਹਾਡੇ ਕੋਲ ਘਰ 'ਚ ਮਗਾਂ ਜਾਂ ਕਾਲੀ ਮਿਰਚ ਅਵੇਲੇਬਲ ਹੈ ਤੁਸੀਂ ਤਕਰੀਬਨ ਇਹਦੇ ਨਾਲੋਂ ਚੌਥਾ ਹਿੱਸਾ ਉਹਨੂੰ ਵੀ ਪੀਸ ਕੇ ਵਿੱਚ ਪਾ ਸਕਦੇ ਹੋ। ਛੋਟੀ ਇਲਾਚੀ, ਦਾਲਚੀਨੀ, ਮਗਾਂ ਜਾਂ ਕਾਲੀ ਮਿਰਚ, ਇਹਨਾਂ ਦੋਨਾਂ 'ਚੋਂ ਅਗਰ ਕੋਈ ਚੀਜ਼ ਹੈ। ਹੁਣ ਇਹ ਸਾਰੇ ਮਿਕਸਚਰ ਨੂੰ ਜੇ ਤੁਸੀਂ ਮੰਨ ਲਓ 50 ਗ੍ਰਾਮ ਮਿਕਸਚਰ ਬਣਾਇਆ ਉਹਦੇ 'ਚ 50 ਗ੍ਰਾਮ ਹੀ ਤੁਸੀਂ ਖੰਡ ਪਾ ਲੈਣੀ ਹੈ, ਇਹਨੂੰ ਆਪਸ 'ਚ ਤੁਸੀਂ ਮਿਕਸ ਕਰ ਲਓ। ਹੁਣ ਸ਼ਹਿਦ ਦੇ ਨਾਲ ਤਕਰੀਬਨ ਅੱਧੇ ਤੋਂ 1.25 ਚਮਚਾ ਸਵੇਰੇ ਅਤੇ ਅੱਧੇ ਤੋਂ 1.25 ਚਮਚਾ ਸ਼ਾਮੀ ਤੁਸੀਂ ਇਹਨੂੰ ਚਟਣਾ ਵੈ ਜੀ ਬਿਨ ਆਗਾ। ਇਲਾਚੀ, ਦਾਲਚੀਨੀ, ਤੁਸੀਂ ਇਲਾਚੀ ਅਤੇ ਦਾਲਚੀਨੀ ਬਰਾਬਰ ਪਾਉਣੀ ਹੈ ਜੀ।
ਤੇ ਜਿੰਨੀ ਲਾਚੀ ਪਾਈ, ਮੰਨ ਲਓ ਤੁਸੀਂ 100 ਗ੍ਰਾਮ ਲਾਚੀ ਪਾਈ ਤੇ 100 ਗ੍ਰਾਮ ਹੀ ਦਾਲਚੀਨੀ ਪਾਣੀ ਹੈ, ਜਿਹੜੀ ਕਾਲੀ ਮਿਰਚ ਤੇ ਮਗਾ ਨੇ ਜੇ ਦੋਨੋਂ ਨੇ ਤੇ ਦੋਨੋਂ ਜੇ ਇੱਕ ਹੈ ਤੇ ਇੱਕ, ਉਹ 50-50 ਗ੍ਰਾਮ ਪਾਣੀ ਹੈ, ਇਹਨਾਂ ਨਾਲੋਂ ਅੱਧੀਆਂ ਪਾਣੀਆਂ ਨੇ ਬਿਲਕੁਲ। ਤੇ ਸਾਰਾ ਜਿੰਨਾ ਪਾਊਡਰ ਤੁਹਾਡਾ ਬਣ ਗਿਆ ਉਹਦੇ ਬਰਾਬਰ ਤੁਸੀਂ ਖੰਡ ਪਾ ਲੈਣੀ ਹੈ ਪੀਸੀ ਹੋਈ, ਉਹਨਾਂ ਨੂੰ ਮਿਕਸ ਕਰਕੇ ਤੁਸੀਂ ਰੱਖ ਲੈਣਾ ਵਾ ਚੰਗੀ ਤਰ੍ਹਾਂ ਬੰਦ ਕਰਕੇ, ਤਾਂ ਕਿ ਇਹ ਸਿਲਾਬ ਨਾ ਜਾਵੇ, ਖਰਾਬ ਨਾ ਹੋ ਜਾਵੇ। ਔਰ ਪਲੱਸ ਉਸ ਤੋਂ ਬਾਅਦ ਤੁਸੀਂ ਸ਼ਹਿਦ ਦੇ ਨਾਲ ਅੱਧੇ ਤੋਂ ਪੌਣਾ ਚਮਚਾ ਸਵੇਰੇ ਅਤੇ ਅੱਧੇ ਤੋਂ ਪੌਣਾ ਚਮਚਾ ਸ਼ਾਮੀ ਇਹਨੂੰ ਚਟਣਾ ਵਾ। ਇਹਦੇ ਉੱਪਰੋਂ ਤੁਸੀਂ ਗਰਮ ਪਾਣੀ ਪੀ ਸਕਦੇ ਹੋ, ਤੁਸੀਂ ਇਹਦੇ ਉੱਪਰੋਂ ਚਾਹ ਲੈ ਸਕਦੇ ਹੋ, ਤੁਸੀਂ ਇਹਦੇ ਉੱਪਰੋਂ ਦੁੱਧੀ ਵੀ ਪੀ ਸਕਦੇ ਹੋ ਜਿਹੜੀ ਕਿ ਬੇਸਣ ਨਾਲ ਤੁਸੀਂ ਬਣਾਈ ਹੋਏ, ਠੀਕ ਹੈ ਜੀ। ਇਹ ਤੁਸੀਂ ਚੀਜ਼ ਕਰੋ, ਤੁਹਾਡਾ ਉਹਦੇ ਨਾਲ ਇਹਦੇ ਨਾਲ ਘਟੇਗਾ ਕਾਫੀ ਜਿਹੜਾ ਬਲਗਮ ਹੈ, ਠੀਕ ਹੈ। ਨੈਕਸਟ ਕਾਲਰ, ਹੈਲੋ 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 ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਫੋਨ ਡਿਸਕਨੈਕਟ ਹੋ ਗਿਆ ਕਿਉਂਕਿ ਇਹ ਵੀ ਟੀਵੀ ਤੇ ਵੋਲਿਊਮ ਸੁਣਨ ਦੀ ਕੋਸ਼ਿਸ਼ ਕਰ ਰਹੇ ਸੀ। ਨੈਕਸਟ ਕਾਲਰ, ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਕੈਲੀਫੋਰਨੀਆ ਤੋਂ ਰਾਣੀ ਬੋਲਦੀ ਹਾਂ। ਹਾਂਜੀ, ਤੇ ਸਵਾਲ ਹੈਗਾ, ਹਾਰਟ ਦੀ ਪ੍ਰੋਬਲਮ ਹੈ ਮੈਨੂੰ ਜੀ। ਹਾਂਜੀ, ਇੱਕ ਆਰਟਰੀ ਨਾ ਤਿੰਨਾਂ ਦੇ ਵਿੱਚੋਂ ਬਲੌਕ ਹੈ, ਮਤਲਬ ਕਿ 80% ਐਂਜੀਓਗ੍ਰਾਫੀ ਹੋ ਚੁੱਕੀ ਹੈ ਹੋਰ ਆਪਣਾ, ਤੇ ਵੀ ਇਹਦੇ ਵਾਸਤੇ ਪੁੱਛਣਾ ਸੀ ਡਾਕਟਰ ਸਾਹਿਬ ਨੂੰ ਵੀ ਉਹ ਜ਼ਰੂਰੀ ਹੈ, ਸਟੰਟ ਹੀ ਪਊਗਾ ਕਿ ਕੋਈ ਇਲਾਜ ਆਪਾਂ ਕਰ ਸਕਦੇ ਹਾਂ? ਦੇਖੋ ਜੀ, ਹਾਂ ਅੱਛੀ ਚੀਜ਼ ਹੈ ਵੈ ਕਿ ਤਿੰਨਾਂ ਚੋਂ ਇੱਕੋ ਹੀ ਆਰਟਰੀ ਬਲੌਕਡ ਹੈ। ਅਗਰ ਤਿੰਨੋਂ ਆਰਟਰੀਸ ਬਲੌਕਡ ਹੋਣ ਫਿਰ ਤਾਂ ਮੈਂ ਹਮੇਸ਼ਾ ਐਡਵਾਈਸ ਕਰਦਾ ਵਾਂ, ਜਿਹੜਾ ਮੇਰੇ ਕੋਲ ਕੁਐਸਚਨ ਪੁੱਛੇ ਕਿ ਵੀ ਤੁਸੀਂ ਸਟੰਟ ਪਵਾ ਲਵੋ, ਲੇਕਿਨ ਕਿਉਂਕਿ ਤਿੰਨਾਂ 'ਚੋਂ ਇੱਕੋ ਆਰਟਰੀ ਬਲੌਕਡ ਹੈ, ਆਪਾਂ ਅਗਰ ਥੋੜ੍ਹੇ ਐਫਰਟਸ ਕਰਾਂਗੇ ਤਾਂ ਆਪਾਂ ਸਟੰਟ ਤੋਂ ਬਚ ਸਕਦੇ ਹਾਂ। ਉਹਦੇ 'ਚ ਸਭ ਤੋਂ ਪਹਿਲਾਂ ਐਫਰਟ ਜਿਹੜਾ ਤੁਸੀਂ ਕਰਨਾ ਉਹ ਹੈ ਕਪਾਲ ਭਾਤੀ। ਕਪਾਲ ਭਾਤੀ ਤੁਹਾਡੇ ਵਾਸਤੇ ਬਹੁਤ ਹੀ ਚੰਗੀ ਹੈ ਜੀ, ਲੇਕਿਨ ਤੁਸੀਂ ਇਕਦਮ ਹੈ ਵਧਾਉਣੀ ਨਹੀਂ ਹੈ। ਪਹਿਲੇ ਦਿਨ 1 ਮਿੰਟ, ਦੂਜੇ ਦਿਨ 2 ਮਿੰਟ, ਤੀਜੇ ਦਿਨ 3 ਮਿੰਟ, ਇਸ ਤਰ੍ਹਾਂ ਵੱਧਦੇ ਵੱਧਦੇ 1-1 ਮਿੰਟ ਵਧਾਉਂਦੇ ਹੋਏ ਤੁਸੀਂ 15 ਮਿੰਟਾਂ 'ਤੇ ਜਾਣਾ ਜੀ ਕਪਾਲ ਭਾਤੀ ਦੇ ਅੰਦਰ। ਦੂਜੀ ਚੀਜ਼ ਦਾਲਚੀਨੀ, ਦਾਲਚੀਨੀ ਇੱਕ ਐਸੀ ਚੀਜ਼ ਹੈ ਜਿਹੜੀ ਸਾਡੀ ਆਰਟਰੀਜ਼ ਨੂੰ ਸਾਫ਼ ਕਰਦੀ ਹੈ। ਤੁਸੀਂ ਸਿਰਫ ਦਾਲਚੀਨੀ ਨੂੰ ਪੀਸ ਲੈਣਾ ਵੈ, ਦਾਲਚੀਨੀ ਨੂੰ ਪੀਸ ਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਚਮਚੇ ਦਾ 1/8 ਹਿੱਸਾ ਦਾਲਚੀਨੀ ਦਾ ਪਾਊਡਰ ਸਵੇਰੇ ਅਤੇ 1/8 ਹਿੱਸਾ ਦਾਲਚੀਨੀ ਦਾ ਪਾਊਡਰ ਸ਼ਾਮੀ ਆਪਾਂ ਪੀਣਾ ਵੈ। ਤੀਜੀ ਚੀਜ਼ ਜਿਹੜੀ ਤੁਸੀਂ ਕਰਨੀ, ਉਹ ਵੱਖਰੀ ਚੀਜ਼ ਹੈ ਜੀ, ਉਹ ਵੱਖਰੀ ਚੀਜ਼ ਹੈ, ਜਦੋਂ ਤੁਸੀਂ ਚਾਹ 'ਚ ਪਾਉਣਾ ਉਹ ਤੁਸੀਂ ਸਵਾਦ ਵਾਸਤੇ ਅਤੇ ਫਾਇਦੇ ਵਾਸਤੇ ਵੱਖਰਾ ਪਾ ਸਕਦੇ ਹੋ, ਪਰ ਦਵਾਈ ਦੇ ਤੌਰ 'ਤੇ ਜਦੋਂ ਆਪਾਂ ਲੈਣਾ ਵਾ ਉਦੋਂ ਆਪਾਂ ਵੱਖਰਾ ਲੈਣਾ ਵਾ। ਤੀਜੀ ਚੀਜ਼ ਤੁਸੀਂ ਬਣਾਉਣੀ ਹੈ ਜੀ ਅਰਜੁਨ ਕਸ਼ੀਰ ਪਾਕ। ਕੋਈ ਵੀ ਜਿਹੜੇ ਮੈਨੂੰ ਸੁਣ ਰਹੇ ਨੇ ਲੋਕ ਸਾਰੇ ਇਸ ਵੇਲੇ, ਅਰਜੁਨ ਕਸ਼ੀਰ ਪਾਕ ਹਾਰਟ ਵਾਸਤੇ ਸਭ ਤੋਂ ਚੰਗੀ ਚੀਜ਼ ਹੈ ਜੀ। ਉਹਦੇ 'ਚ ਕੋਈ ਬਹੁਤੀ ਲੰਬੀ ਚੌੜੀ ਚੀਜ਼ ਨਹੀਂ, ਅਰਜੁਨ ਦਾ ਪਾਊਡਰ ਜਿਹੜਾ ਵਾ USA 'ਚ ਅਵੇਲੇਬਲ ਹੈ। ਅਰਜੁਨ ਦਾ ਪਾਊਡਰ ਲੈਣਾ ਜੀ 10 ਗ੍ਰਾਮ, ਅਰਜੁਨ ਦੇ ਪਾਊਡਰ 10 ਗ੍ਰਾਮ 'ਚ ਆਪਾਂ ਪਾ ਲੈਣਾ ਵਾ ਤਕਰੀਬਨ 50 ਗ੍ਰਾਮ ਦੇ ਆਸ ਪਾਸ ਦੁੱਧ ਅਤੇ 50 ਗ੍ਰਾਮ ਦੇ ਆਸ ਪਾਸ ਪਾਣੀ। ਹੁਣ ਆਪਾਂ ਇਹਨੂੰ ਗੈਸ 'ਤੇ ਸਿਮ 'ਤੇ ਰੱਖ ਦੇਣਾ ਵਾ, ਜਦੋਂ ਸਾਰਾ ਪਾਣੀ ਸੁੱਕ ਜਾਵੇ ਅਤੇ ਦੁੱਧ ਦੁੱਧ ਰਹਿ ਜਾਵੇ ਇਹਨੂੰ ਆਪਾਂ ਛਾਣ ਕੇ ਪੀਣਾ ਵਾ। ਇਹਨੂੰ ਕਹਿੰਦੇ ਨੇ ਅਰਜੁਨ ਸ਼ੀਰ, ਡੇਲੀ ਜੀ, ਡੇਲੀ ਹਰ ਰੋਜ਼ਾਨਾ ਪੀਣਾ ਜੀ ਬਿਲਕੁਲ। ਇਹ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪ ਕਰ ਸਕਦੇ ਹੋ, ਲੇਕਿਨ ਮੈਂ ਵੀ ਚਾਹਾਂਗਾ ਮੇਰੇ ਹੈਲਪਲਾਈਨ ਨੰਬਰ ਜਿੱਥੇ ਆ ਰਹੇ ਨੇ ਤੁਸੀਂ ਆਪਣੀਆਂ ਰਿਪੋਰਟਸ ਸਾਨੂੰ ਜ਼ਰੂਰ ਭੇਜੋ ਜੀ। ਉਹਦਾ ਕਾਰਨ ਇਹ ਵੈ ਕਿਉਂਕਿ ਇਹ ਇੱਕ ਐਸੀ ਡਿਜ਼ੀਜ਼ ਹੈ, ਰਿਪੋਰਟਾਂ ਜਿਹੜੀਆਂ ਤੁਹਾਡੀਆਂ, ਤੁਸੀਂ ਜਦੋਂ ਆਪਣਾ ਸਟੰਟ ਜਿਹੜਾ ਤੁਹਾਡਾ NGO ਹੋਈ ਹੈ, ਜਦੋਂ ਉਸ NGO ਦੀ ਜਿਹੜੀ ਤੁਹਾਡੇ ਕੋਲ ਰਿਪੋਰਟ ਹੈ ਉਹ ਤੁਸੀਂ ਸਾਨੂੰ ਜ਼ਰੂਰ ਭੇਜੋ, ਹੈਲਪਲਾਈਨ 'ਤੇ ਤੁਸੀਂ ਸੰਪਰਕ ਜ਼ਰੂਰ ਕਰੋ ਤਾਂ ਕਿ ਇਨ ਟੱਚ ਰਹਿ ਕੇ ਤੁਸੀਂ ਇਹ ਚੀਜ਼ਾਂ ਕਰ ਸਕੋ। ਕਿਉਂਕਿ ਆਪਾਂ ਅਗਰ ਇੱਕ ਆਰਟਰੀ ਦੀ ਬਲੌਕੇਜ ਦੀ ਗੱਲ ਕਰ ਰਹੇ ਹਾਂ, ਕੰਸਿਸਟੈਂਟਲੀ ਆਪਾਂ ਬੜੇ ਤਰੀਕੇ ਦੇ ਨਾਲ ਉਹਨੂੰ ਠੀਕ ਕਰਨਾ ਵਾ, ਆਪਾਂ ਰਿਸਕ ਨਹੀਂ ਲੈਣਾ ਕਿਸੇ ਵੀ ਤਰੀਕੇ ਦਾ, ਠੀਕ ਹੈ ਜੀ। ਹਾਂਜੀ, ਉਹ ਅਸੀਂ ਮਤਲਬ ਇੱਥੇ ਨੇੜੇ ਰਹਿੰਦੇ ਹਾਂ ਸੈਂਟਾ ਕਲਾਰਾ, ਤੁਸੀਂ ਹੈਗਾ ਆਫਿਸ ਤੁਹਾਡਾ? ਹਾਂਜੀ 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 ਹਾਂਜੀ। ਤੇ ਉੱਥੇ ਫਿਰ ਜੋ ਤੁਸੀਂ ਆਓਗੇ ਤੇ ਆਪਾਂ ਬਿਲਕੁਲ ਜੀ ਬਿਲਕੁਲ, ਤੁਸੀਂ ਮੈਨੂੰ 15 ਤੋਂ ਬਾਅਦ ਮਿਲ ਵੀ ਸਕਦੇ ਹੋ ਜੀ ਉੱਥੇ। ਓਕੇ ਜੀ, ਥੈਂਕ ਯੂ ਸੋ ਮਚ ਜੀ। ਸੋ ਬਾਕੀ ਨੰਬਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ ਤੇ ਕਾਲ ਕਰਕੇ ਮੈਡੀਸਿਨ ਮੰਗਵਾਉਣੀ ਹੈਗੀ, ਰਿਪੋਰਟਸ ਭੇਜ ਸਕਦੇ ਹੋ, ਇਹਨਾਂ ਨੰਬਰ ਤੇ ਕਾਲ ਕਰਕੇ ਸਰ ਨੂੰ ਮਿਲਣ ਦੇ ਲਈ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਸਰ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਟਾਈਮ ਬਿਲਕੁਲ ਖਤਮ ਹੋ ਗਿਆ ਜੀ, ਅਗਲੇ ਸ਼ੋਅ ਦੇ ਵਿੱਚ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਵਾਂਗੇ। ਬਾਕੀ ਨੰਬਰ ਤੁਹਾਡੇ ਕੋਲ ਆ ਹੀ ਗਏ ਨੇ, ਇਹਨਾਂ ਨੰਬਰ ਨੂੰ ਨੋਟ ਕਰਕੇ ਰੱਖ ਲਓ, ਕਾਲ ਕਰ ਸਕਦੇ ਹੋ ਕਿਸੇ ਵੀ ਵੇਲੇ, ਜੋ ਵੀ ਪ੍ਰੋਬਲਮ ਹੈਗੀ ਹੈ ਡਿਸਕਸ ਕਰ ਸਕਦੇ ਹੋ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਅਤੇ ਮੇਰੇ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।